ਬੱਚਿਆਂ ਲਈ ਡਾਕਟਰ ਰਣਜੀਤ ਸਿੰਘ ਦੀ ਪੁਸਤਕ ਹੈ ਬਹੁਰੰਗਾ ਗੁਲਾਬ, ਡਾਕਟਰ ਸਰਦਾਰਾ ਸਿੰਘ ਜੌਹਲ। ਬੱਚਿਓ, ਇਸ ਪੁਸਤਕ ਰਾਹੀਂ ਤੁਹਾਨੂੰ ਇੱਕ ਅਜਿਹੇ ਸਫਲ ਇਨਸਾਨ ਦੀ ਕਹਾਣੀ ਸੁਣਾਈ ਜਾ ਰਹੀ ਹੈ ਜਿਹਦਾ ਜਨਮ ਪਿੰਡ ਦੇ ਇੱਕ ਸਧਾਰਨ ਪਰਿਵਾਰ 'ਚ ਹੋਇਆ। ਉਸਨੂੰ ਪੜ੍ਹਾਈ ਲਈ ਕਈ ਮੀਲ ਪੈਦਲ ਤੁਰ ਕੇ ਸਕੂਲ ਜਾਣਾ ਪੈਂਦਾ ਸੀ ਅਤੇ ਕਈ ਵਾਰ ਤਾਂ ਉਹਦੇ ਪੈਰੀਂ ਜੁੱਤੀ ਵੀ ਨਹੀਂ ਸੀ ਹੁੰਦੀ। ਉਸ ਇਨਸਾਨ ਦਾ ਨਾਂ ਸਰਦਾਰਾ ਸਿੰਘ ਜੌਹਲ ਹੈ। ਨਿੱਕੀ ਉਮਰੇ ਉਹਨਾਂ ਨੂੰ ਸਕੂਲ ਤੋਂ ਆ ਕੇ ਖੇਤੀ ਦਾ ਕੰਮ ਵੀ ਕਰਨਾ ਪੈਂਦਾ ਸੀ। ਘਰ 'ਚ ਪੜ੍ਹਾਈ ਵਾਲਾ ਮਾਹੌਲ ਵੀ ਨਹੀਂ ਸੀ, ਇਸੇ ਕਰਕੇ ਉਹਨਾਂ ਦਾ ਪੜ੍ਹਾਈ 'ਚ ਕੋਈ ਬਹੁਤਾ ਦਿਲ ਨਹੀਂ ਸੀ ਲੱਗਦਾ। ਉਹ ਇੱਕ ਵਾਰ 7ਵੀਂ ਜਮਾਤ 'ਚੋਂ ਫੇਲ ਹੋ ਗਏ ਅਤੇ ਉਹਨਾਂ ਦਾ ਮਨ ਸਕੂਲ ਛੱਡਣ ਬਾਰੇ ਸੋਚਣ ਲੱਗਿਆ, ਪਰ ਘਰਦਿਆਂ ਨੇ ਦੂਜੇ ਸਕੂਲ 'ਚ ਦਾਖਲ ਕਰਵਾ ਦਿੱਤਾ। ਉੱਥੇ ਵੀ ਪੜ੍ਹਾਈ 'ਚ ਮਨ ਨਹੀਂ ਲੱਗ ਰਿਹਾ ਸੀ, ਪਰ ਉਹਨਾਂ ਦੇ ਇੱਕ ਸਕੂਲ ਅਧਿਆਪਕ ਨੇ ਪ੍ਰੇਰਨਾ ਦੇ ਅਜਿਹੇ ਸ਼ਬਦ ਆਖੇ ਕਿ ਉਹਨਾਂ ਨੂੰ ਪੜ੍ਹਨ ਅਤੇ ਅੱਗੇ ਵਧਣ ਦੀ ਲਗਨ ਲੱਗ ਗਈ ਅਤੇ ਉਹਨਾਂ ਨੇ 8ਵੀਂ 'ਚੋਂ ਵਜ਼ੀਫਾ ਪ੍ਰਾਪਤ ਕੀਤਾ। ਉਹਨਾਂ ਵੇਲਿਆਂ 'ਚ ਘਰਦਿਆਂ ਲਈ ਇੱਕ ਕਿਸਾਨ ਦੇ ਪੁੱਤਰ ਦੀ 8ਵੀਂ ਤੱਕ ਪੜ੍ਹਾਈ ਕਾਫੀ ਮੰਨੀ ਜਾਂਦੀ ਸੀ ਅਤੇ ਉਹਨੂੰ ਸਕੂਲੋਂ ਹਟਾ ਲਿਆ ਗਿਆ। ਕੱਚੀ ਉਮਰੇ ਹੀ ਖੇਤੀ ਦੇ ਕੰਮ 'ਚ ਪੂਰੀ ਤਰ੍ਹਾਂ ਲਗਾ ਦਿੱਤਾ ਗਿਆ। ਤੜਕੇ ਉੱਠ ਕੇ ਆਪਣੇ ਪਿਤਾ ਜੀ ਨਾਲ ਦੁਪਹਿਰ ਤੱਕ ਹਲ ਵਾਹੁਣਾ, ਮੁੜ ਸਾਰੇ ਡੰਗਰਾਂ ਲਈ ਪੱਠੇ ਕੁਤਰਨੇ, ਸ਼ਾਮੀ ਫਿਰ ਖੇਤਾਂ ਦਾ ਸਖਤ ਕੰਮ ਕਰਨਾ ਪੈਂਦਾ ਸੀ। ਇਸ ਕਰੜੀ ਮਿਹਨਤ ਨੇ ਉਹਨਾਂ ਨੂੰ ਕੇਵਲ ਜਿਸਮਾਨੀ ਤੌਰ 'ਤੇ ਹੀ ਮਜ਼ਬੂਤ ਨਹੀਂ ਬਣਾਇਆ, ਸਗੋਂ ਆਤਮ ਵਿਸ਼ਵਾਸ ਦੇ ਕੰਮ ਕਰਨ ਪ੍ਰਤੀ ਵੀ ਦ੍ਰਿੜ ਕਰ ਦਿੱਤਾ। 2 ਸਾਲ ਖੇਤਾਂ 'ਚ ਸਖਤ ਮਿਹਨਤ ਕੀਤੀ, ਫਿਰ ਘਰਦਿਆਂ ਦੇ ਮਨ ਮਿਹਰ ਪਈ ਅਤੇ ਉਹਨਾਂ ਨੂੰ ਮੁੜ ਪੜ੍ਹਨ ਪਾ ਦਿੱਤਾ। 2 ਸਾਲਾਂ ਦੀ ਟੁੱਟੀ ਤਾਰ ਨੂੰ ਜੋੜਨ ਲਈ ਉਹਨਾਂ ਨੇ ਕਠਿਨ ਮਿਹਨਤ ਕੀਤੀ ਅਤੇ ਜਮਾਤ 'ਚ ਆਪਣਾ ਚੰਗਾ ਸਥਾਨ ਬਣਾ ਲਿਆ। ਹਾਲੇ ਉਹ 9ਵੀਂ ਜਮਾਤ ਵਿੱਚ ਵੀ ਦਾਖਲ ਨਹੀਂ ਸੀ ਹੋਏ ਕਿ ਘਰਦਿਆਂ ਨੇ ਉਹਨਾਂ ਦਾ ਵਿਆਹ ਕਰ ਦਿੱਤਾ। ਇਸ ਰਿਸ਼ਤੇ ਦੀ ਪੱਕੀ ਠੱਕੀ ਬਹੁਤ ਛੋਟੀ ਉਮਰੇ ਹੀ ਦੋਵਾਂ ਪਰਿਵਾਰਾਂ ਨੇ ਕਰ ਲਈ ਸੀ। ਵਿਆਹ ਤੋਂ ਵਿਹਲੇ ਹੋ ਕੇ ਉਹਨਾਂ ਨੇ 9ਵੀਂ 10ਵੀਂ ਦੀ ਪੜ੍ਹਾਈ ਪੂਰੀ ਲਗਨ ਅਤੇ ਮਿਹਨਤ ਨਾਲ ਸ਼ੁਰੂ ਕੀਤੀ। ਉਦੋਂ ਹੀ ਦੇਸ਼ ਆਜ਼ਾਦ ਹੋ ਗਿਆ ਅਤੇ ਦੇਸ਼ ਦੀ ਵੰਡ ਹੋ ਗਈ। ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉੱਥੇ ਆਜ਼ਾਦੀ ਸਮੇਂ ਜਿਹੜੀ ਕੁਰਬਾਨੀ ਪੰਜਾਬੀਆਂ ਨੂੰ ਦੇਣੀ ਪਈ, ਅਜਿਹਾ ਭਾਰਤ ਤਾਂ ਕਿ ਸੰਸਾਰ 'ਚ ਵੀ ਪਹਿਲਾਂ ਕਦੇ ਨਹੀਂ ਸੀ ਹੋਇਆ। ਇੱਕ ਨਵਾਂ ਦੇਸ਼ ਪਾਕਿਸਤਾਨ ਹੋਂਦ ਵਿੱਚ ਆਇਆ ਅਤੇ ਪੰਜਾਬ ਵੰਡਿਆ ਗਿਆ। ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬ 'ਚ ਕਿਸੇ ਵੀ ਹਿੰਦੂ ਜਾਂ ਸਿੱਖ ਦਾ ਰਹਿਣਾ ਮੁਸ਼ਕਿਲ ਹੋ ਗਿਆ ਅਤੇ ਭਾਰਤ ਵਾਲੇ ਪਾਸੇ ਮੁਸਲਮਾਨਾਂ ਨੂੰ ਘਰ ਬਾਰ ਛੱਡ ਕੇ ਪਾਕਿਸਤਾਨ ਜਾਣਾ ਪਿਆ। ਵਸੋਂ ਦੇ ਤਬਾਦਲੇ ਸਮੇਂ ਦੋਵੇਂ ਪਾਸੇ ਬਹੁਤ ਜ਼ੁਲਮ ਜਬਰ ਵੀ ਹੋਇਆ। ਹਜ਼ਾਰਾਂ ਲੋਕ ਮਾਰੇ ਗਏ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਅਤੇ ਬਹੁਤ ਸਾਰੇ ਲੋਕਾਂ ਨੂੰ ਖਾਲੀ ਹੱਥ ਘਰੋਂ ਬੇਘਰ ਹੋਣਾ ਪਿਆ। ਸਾਡੇ ਨਾਇਕ ਸਰਦਾਰਾ ਸਿੰਘ ਜੌਹਲ ਨੂੰ ਵੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਵਾਲਾ ਪਿੰਡ ਛੱਡਣਾ ਪਿਆ ਅਤੇ ਕਈ ਦਿਨ ਰਾਹ 'ਚ ਰੁਕਣ ਪਿੱਛੋਂ ਮੌਤ ਦੇ ਮੂੰਹ 'ਚੋਂ ਨਿਕਲ ਆਏ ਆਪਣੇ ਜੱਦੀ ਪਿੰਡ ਜੰਡਿਆਲਾ ਪੁੱਜ ਸਕੇ। ਬੇਸ਼ੱਕ ਹੱਥ ਤੰਗ ਸੀ, ਪਰ ਉਹਨਾਂ ਦਾ ਇਰਾਦਾ ਬੜਾ ਦ੍ਰਿੜ ਸੀ। ਉਹਨਾਂ ਨੇ 10ਵੀਂ ਜਮਾਤ ਚੰਗੇ ਨੰਬਰ ਲੈ ਕੇ ਪਾਸ ਕੀਤੇ। ਹੁਣ ਉਹਨਾਂ ਅੱਗੋਂ ਪੜ੍ਹਾਈ ਕਰਨ ਦਾ ਫੈਸਲਾ ਕਰ ਲਿਆ। ਕਿਰਸਾਣੀ ਪਰਿਵਾਰ ਵਿੱਚੋਂ ਹੋਣ ਕਰਕੇ ਅਤੇ ਖੇਤੀ ਕੰਮਾਂ ਨੂੰ ਹੱਥੀਂ ਕਰਨ ਕਰਕੇ ਉਹਨਾਂ ਦਾ ਸ਼ੌਕ ਖੇਤੀਬਾੜੀ ਦੀ ਪੜ੍ਹਾਈ ਕਰਨ 'ਚ ਲਗਾਤਾਰ ਵੱਧਦਾ ਜਾ ਰਿਹਾ ਸੀ। ਉਹਨਾਂ ਨੇ BSc ਖੇਤੀ ਐਗਰੀਕਲਚਰ ਸਰਕਾਰੀ ਖੇਤੀ ਕਾਲਜ ਲੁਧਿਆਣਾ ਤੋਂ ਪਾਸ ਕਰ ਲਈ। ਬਚਪਨ 'ਚ ਕੀਤੀ ਕਠਿਨ ਮਿਹਨਤ ਸਦਕਾ ਉਹਨਾਂ ਦੀ ਦਿੱਖ ਬੜੀ ਦਰਸ਼ਨੀ ਸੀ। ਉਹਨਾਂ ਨੂੰ ਸੁਝਾਇਆ ਗਿਆ ਕਿ ਤੈਨੂੰ ਤਾਂ ਫੌਜ 'ਚ ਜਾਣਾ ਚਾਹੀਦਾ ਹੈ। ਉਹਨਾਂ ਨੇ NCC 'ਚ ਪੂਰੇ ਉਤਸ਼ਾਹ ਨਾਲ ਕੰਮ ਕੀਤਾ ਅਤੇ ਚੋਟੀ 'ਤੇ ਪੁੱਜੇ। ਹਿੰਦੁਸਤਾਨ ਦੀ ਪਹਿਲੀ ਰਿਪਬਲਿਕ ਦਿਵਸ ਦੀ ਪਰੇਡ 'ਚ ਉਹਨਾਂ ਹਿੰਦੁਸਤਾਨ ਦੀ NCC ਦੀ ਟੁਕੜੀ ਦੀ ਅਗਵਾਈ ਕੀਤੀ ਅਤੇ ਦੇਸ਼ ਦੇ ਬੈਸਟ ਕੈਡਿਟ ਐਲਾਨੇ ਗਏ। ਉਹਨੂੰ ਖੇਡਾਂ ਅਤੇ ਡਰਾਮਿਆਂ 'ਚ ਹਿੱਸਾ ਲੈਣ ਦਾ ਸ਼ੌਕ ਵੀ ਸੀ, ਜਿਸ ਨਾਲ ਉਹਨਾਂ ਦੇ ਸਵੈ ਪ੍ਰਗਟਾਵੇ 'ਚ ਦ੍ਰਿੜਤਾ ਆ ਗਈ। ਉਹ ਫੌਜ 'ਚ ਭਰਤੀ ਹੋਣਾ ਚਾਹੁੰਦੇ ਸੀ, ਪਰ ਉਮਰ ਵੱਡੀ ਹੋਣ ਕਾਰਨ ਉਹ ਫੌਜ 'ਚ ਭਰਤੀ ਨਾ ਹੋ ਸਕੇ। ਹੁਣ ਉਹ ਇਸ ਨੂੰ ਚੰਗਾ ਹੀ ਸਮਝਦੇ ਸਨ ਅਤੇ ਉਹਨਾਂ ਦਾ ਆਖਣਾ ਹੈ ਕਿ ਮੈਂ ਕਰਨਲ ਰਿਟਾਇਰਡ ਹੋ ਕੇ ਕਿਤੇ ਗੁੰਮਨਾਮੀ ਦਾ ਜੀਵਨ ਜੀ ਰਿਹਾ ਹੋਣਾ ਸੀ ਅਤੇ BSc ਐਗਰੀਕਲਚਰ ਕਰਨ ਉਪਰੰਤ ਉਹਨਾਂ ਨੇ ਖੇਤੀਬਾੜੀ ਮਹਿਕਮੇ 'ਚ ਨੌਕਰੀ ਕਰ ਲਈ। ਇਸੇ ਦੌਰਾਨ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਿਆ ਅਤੇ ਖੇਤੀ ਅਰਥ ਸ਼ਾਸਤਰ ਵਿੱਚ PhD ਵੀ ਕਰ ਲਈ। ਉਹ ਖੇਤੀ ਕਾਲਜ ਵਿੱਚ ਅਧਿਆਪਕ ਬਣ ਗਏ। ਉਹਨਾਂ ਦੇ ਉਤਸ਼ਾਹ, ਮਿਹਨਤ ਅਤੇ ਵਿਦਿਆਰਥੀਆਂ 'ਚ ਹਰਮਨ ਪਿਆਰਤਾ ਨੇ ਉਹਨਾਂ ਨੂੰ ਕੁਝ ਸਾਲਾਂ ਵਿੱਚ ਹੀ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਬਣਾ ਦਿੱਤਾ।
ਇਹ ਕਹਾਵਤ ਉਹਨਾਂ ਉੱਤੇ ਖਾਸ ਕਰਕੇ ਢੁੱਕਦੀ ਹੈ ਕਿ ਜਿਹੜੇ ਆਪਣੀ ਸਹਾਇਤਾ ਖੁਦ ਕਰਦੇ ਹਨ, ਰੱਬ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ। ਉਦੋਂ ਹੀ ਉਹਨਾਂ ਨੂੰ ਅਮਰੀਕਾ ਦੀ ਇੱਕ ਯੂਨੀਵਰਸਿਟੀ ਤੋਂ ਬੁਲਾਵਾ ਆ ਗਿਆ, ਜਿੱਥੇ ਉਹਨਾਂ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਕੰਮ ਕੀਤਾ। ਵਾਪਸ ਆਏ ਤਾਂ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀ ਸੰਸਥਾ ਦਾ ਮਾਹਰ ਬਣ ਕੇ ਈਰਾਨ ਚਲੇ ਗਏ। 5 ਸਾਲਾਂ ਪਿੱਛੋਂ ਵਾਪਸ ਆਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਬਣ ਗਏ। ਇੱਥੋਂ ਹੀ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾਇਆ ਗਿਆ। ਇਹ ਸਾਡੇ ਨਾਇਕ ਡਾਕਟਰ ਜੌਲ ਦੀ ਮਿਹਨਤ ਅਤੇ ਲਗਨ ਦੀ ਸਫਲਤਾ ਸੀ। ਵਾਪਸ ਆ ਕੇ ਆਪ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਪ ਕੁਲਪਤੀ ਵੀ ਬਣ ਗਏ ਅਤੇ ਇੱਥੇ ਹੀ ਭਾਰਤੀ ਖੇਤੀ ਖੋਜ ਕੌਂਸਲ ਦੇ ਪ੍ਰੋਫੈਸਰ ਆਫ ਐਮੀਨੈਂਸ ਬਣੇ। ਕੁਝ ਸਮੇਂ ਪਿੱਛੋਂ ਉਹਨਾਂ ਨੂੰ ਖੇਤੀ ਜਿਨਸਾਂ ਦੇ ਕੀਮਤ ਕਮਿਸ਼ਨ ਦਾ ਭਾਰਤ ਸਰਕਾਰ ਨੇ ਚੇਅਰਮੈਨ ਬਣਾ ਦਿੱਤਾ। ਉੱਥੋਂ ਵਿਹਲੇ ਹੋ ਕੇ ਲਿਖਣ ਪੜ੍ਹਨ ਵੱਲ ਧਿਆਨ ਦਿੱਤਾ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ 6 ਸਾਲ ਪ੍ਰਧਾਨ ਰਹੇ। ਪੰਜਾਬ ਸਰਕਾਰ ਨੇ ਉਹਨਾਂ ਨੂੰ ਯੋਜਨਾ ਬੋਰਡ ਦਾ ਉਪ ਚੇਅਰਮੈਨ ਬਣਾਇਆ ਅਤੇ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ। ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਦੀ ਉਪਾਧੀ ਨਾਲ ਸਨਮਾਨਿਆ। ਅੱਜ ਕੱਲ੍ਹ ਉਹ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਹਨ। ਕਿਸੇ ਸਰਕਾਰੀ ਯੂਨੀਵਰਸਿਟੀ ਦੇ ਉਹ ਪਹਿਲੇ ਗੈਰ ਸਰਕਾਰੀ ਕੁਲਪਤੀ ਬਣੇ ਹਨ। ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਸਲਾਹਕਾਰ ਕੌਂਸਲ ਦਾ ਮੈਂਬਰ ਅਤੇ ਰਿਜ਼ਰਵ ਬੈਂਕ ਦੇ ਸਲਾਹਕਾਰ ਬੋਰਡ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ। ਇੰਨੇ ਮਾਣ ਸਨਮਾਨਾਂ ਦੇ ਬਾਵਜੂਦ ਉਹ ਸਾਦਗੀ, ਸੱਚ ਅਤੇ ਸੰਜੀਦਗੀ ਦੀ ਮੂਰਤ ਹਨ। ਉਹਨਾਂ ਦੀ ਰਹਿਣੀ ਬਹਿਣੀ ਦੇਸੀ ਅਤੇ ਬਿਲਕੁਲ ਸਾਦਾ ਹੈ। ਸਬਰ, ਸੰਤੋਖ ਅਤੇ ਵਿਚਾਰਾਂ ਦੇ ਅਸੂਲ ਉਹਨਾਂ ਦੇ ਜੀਵਨ ਦਾ ਪ੍ਰਮੁੱਖ ਆਧਾਰ ਹਨ। ਉਹ ਹਰ ਵੇਲੇ ਇੱਕ ਸਧਾਰਨ ਵਿਅਕਤੀ ਵਾਂਗ ਰਹਿੰਦੇ ਹਨ ਅਤੇ ਹਮੇਸ਼ਾ ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ। ਬਚਪਨ ਅਤੇ ਪੜ੍ਹਾਈ। ਪਿਆਰੇ ਬੱਚਿਓ, ਆਓ ਹੁਣ ਤੁਹਾਨੂੰ ਉਹਨਾਂ ਦੇ ਬਚਪਨ ਅਤੇ ਉਸ ਸਮੇਂ ਦੀ ਉਹਨਾਂ ਦੀ ਵਿੱਦਿਆ ਬਾਰੇ ਵੀ ਜਾਣੂ ਕਰਵਾਈਏ। ਡਾਕਟਰ ਸਰਦਾਰਾ ਸਿੰਘ ਜੌਲ ਦਾ ਜਨਮ ਪੱਛਮੀ ਪੰਜਾਬ, ਪਾਕਿਸਤਾਨ ਦੇ ਪਿੰਡ ਚੱਕ ਨੰਬਰ 104 ਵਿੱਚ ਇੱਕ ਕਿਰਸਾਨੀ ਪਰਿਵਾਰ 'ਚ 24 ਫਰਵਰੀ 1928 ਨੂੰ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਬੂਟਾ ਸਿੰਘ ਅਤੇ ਮਾਤਾ ਜੀ ਦਾ ਨਾਮ ਸ਼ਰਨ ਕੌਰ ਸੀ। ਉਦੋਂ ਦੇ ਉੱਥੇ ਦੇ ਪਿੰਡ ਹੁਣ ਨਾਲੋਂ ਬਿਲਕੁਲ ਵੱਖਰੇ ਹੁੰਦੇ ਸਨ। ਕੱਚੇ ਘਰ ਹੁੰਦੇ ਸਨ, ਕੱਚੀਆਂ ਸੜਕਾਂ ਸਨ, ਘਰ 'ਚ ਨਾ ਬਿਜਲੀ ਅਤੇ ਨਾ ਪਾਣੀ ਹੁੰਦਾ ਸੀ। ਆਵਾਜਾਈ ਦੇ ਸਾਧਨ ਵੀ ਇੰਨੇ ਨਹੀਂ ਸਨ। ਰੇਲ ਜਾਂ ਬੱਸ 'ਚ ਸਫ਼ਰ ਕਰਨ ਲਈ ਕਈ ਕਈ ਮੀਲ ਪੈਦਲ ਤੁਰ ਕੇ ਜਾਣਾ ਪੈਂਦਾ ਸੀ। ਬਹੁਤੇ ਲੋਕਾਂ ਨੇ ਆਪਣੇ ਪਿੰਡੋਂ ਬਾਹਰਲੀ ਦੁਨੀਆ ਕਦੇ ਵੇਖੀ ਨਹੀਂ ਸੀ। ਸਾਡਾ ਸਰਦਾਰਾ ਵੀ ਪਹਿਲੀ ਵਾਰ ਪਿੰਡੋਂ ਬਾਹਰ ਚੌਥੀ ਦਾ ਇਮਤਿਹਾਨ ਦੇਣ ਲਈ ਹੀ ਗਿਆ। ਸਾਰੇ ਪਿੰਡਾਂ 'ਚ ਕੋਈ ਵੀ 10ਵੀਂ ਪਾਸ ਨਹੀਂ ਸੀ। ਇਹਨਾਂ ਦੀ ਮਾਤਾ ਜੀ ਜਦੋਂ ਇਹ ਸਿਰਫ 3 ਮਹੀਨਿਆਂ ਦੇ ਸਨ ਸਵਰਗ ਸਧਾਰ ਗਏ ਸਨ। ਸਾਂਝਾ ਪਰਿਵਾਰ ਹੋਣ ਕਰਕੇ ਇਹਨਾਂ ਦੀ ਪਾਲਣਾ ਇਹਨਾਂ ਦੀ ਚਾਚੀ ਨਹੀਂ ਕੀਤੀ। ਇਹਨਾਂ ਦਾ ਹੋਰ ਕੋਈ ਭੈਣ ਭਰਾ ਵੀ ਨਹੀਂ ਸੀ। ਉਦੋਂ ਪਿੰਡਾਂ 'ਚ ਸਾਦਗੀ, ਅਪਣੱਤ ਅਤੇ ਆਪਸੀ ਪਿਆਰ ਦੀ ਭਾਵਨਾ ਲੋਕਾਂ 'ਚ ਭਰੀ ਹੋਈ ਸੀ। ਪਿੰਡ ਦੇ ਬੱਚਿਆਂ ਨਾਲ ਮਿੱਟੀ 'ਚ ਖੇਡਦਿਆਂ ਸਰਦਾਰਾ ਸਿੰਘ ਦਾ ਬਚਪਨ ਬੀਤਿਆ। ਆਪ ਨੂੰ 6 ਕੁ ਸਾਲ ਦੀ ਉਮਰੇ ਪਿੰਡ ਦੇ ਸਕੂਲ 'ਚ ਭਰਤੀ ਕਰਵਾ ਦਿੱਤਾ ਗਿਆ ਸੀ। ਉਦੋਂ ਸਕੂਲ 'ਚ 6 ਸਾਲ ਦੇ ਬੱਚੇ ਨੂੰ ਹੀ ਦਾਖਲ ਕੀਤਾ ਜਾਂਦਾ ਸੀ। ਇੱਕ ਕਾਇਦਾ ਅਤੇ ਫੱਟੀ ਇਹੋ ਬਸਤਾ ਹੁੰਦਾ ਸੀ। ਅੱਖਰਾਂ ਦੀ ਪਹਿਚਾਣ ਮਿੱਟੀ ਉੱਤੇ ਉੱਕਰ ਕੇ ਕੀਤੀ ਜਾਂਦੀ ਸੀ। ਉਦੋਂ ਸਕੂਲਾਂ 'ਚ ਉਰਦੂ ਦੀ ਪੜ੍ਹਾਈ ਜਾਂਦੀ ਸੀ। ਹੁਣ ਵੀ ਉਹ ਆਪਣੀ ਨਿੱਜੀ ਲਿਖਤ ਪੜ੍ਹਤ ਉਰਦੂ ਵਿੱਚ ਹੀ ਕਰਦੇ ਹਨ। ਉਦੋਂ ਸਕੂਲਾਂ 'ਚ ਵਰਦੀਆਂ ਨਹੀਂ ਸੀ ਹੁੰਦੀਆਂ। ਪਿੰਡ ਦੇ ਬਹੁਤੇ ਬੱਚੇ ਘਰ ਦੇ ਬਣੇ ਖੱਦਰ ਦਾ ਕੁੜਤਾ ਪਾ ਕੇ ਸਕੂਲ ਜਾਂਦੇ ਸੀ। ਛੋਟੀ ਉਮਰ 'ਚ ਤਾਂ ਉਦੋਂ ਨਿਆਣੇ ਕੱਛੇ ਵੀ ਨਹੀਂ ਸੀ ਪਾਉਂਦੇ। ਬਹੁਤਾ ਸਫ਼ਰ ਵੀ ਨੰਗੇ ਪੈਰੀ ਹੁੰਦਾ ਸੀ। ਘਰ 'ਚ ਪੜ੍ਹਾਉਣ ਵਾਲਾ ਕੋਈ ਨਹੀਂ ਸੀ। ਸਕੂਲ 'ਚ ਅਜਿਹਾ ਅਧਿਆਪਕ ਨਹੀਂ ਲੱਭਿਆ ਜਿਹੜਾ ਉਹਨਾਂ ਨੂੰ ਉਤਸ਼ਾਹਿਤ ਕਰਦਾ। ਇਸੇ ਕਰਕੇ ਪੜ੍ਹਾਈ 'ਚ ਬਹੁਤੀ ਰੁਚੀ ਨਹੀਂ ਬਣ ਰਹੀ ਸੀ। ਇਸੇ ਕਰਕੇ ਮਾਸਟਰਾਂ ਦੀ ਕੁੱਟ ਵੀ ਖਾਣੀ ਪੈਂਦੀ ਸੀ ਅਤੇ ਇਸ ਮਾਰ ਨੇ ਉਹਨਾਂ ਨੂੰ ਸਗੋਂ ਹੋਰ ਵੀ ਢੀਠ ਬੱਚਾ ਬਣਾ ਦਿੱਤਾ। ਆਪ ਪਹਿਲੀ ਵਾਰ ਪਿੰਡੋਂ ਚੌਥੀ ਦਾ ਇਮਤਿਹਾਨ ਦੇਣ ਲਈ ਬਾਹਰ ਨਿਕਲੇ। ਇਹ ਇਮਤਿਹਾਨ 2 ਮੀਲ ਦੂਰ ਇੱਕ ਨਹਿਰੀ ਬੰਗਲੇ ਦੇ ਸਕੂਲ 'ਚ ਹੋਇਆ। ਉਦੋਂ ਪਿੰਡਾਂ ਦੀਆਂ ਕੁੜੀਆਂ ਤਾਂ ਸਕੂਲ ਜਾਂਦੀਆਂ ਹੀ ਨਹੀਂ ਸੀ। ਆਪ ਦੱਸਦੇ ਹਨ ਕਿ ਚੌਥੀ ਪਾਸ ਹੋਣ ਦੀ ਜਿੰਨੀ ਖੁਸ਼ੀ ਹੋਈ ਉਨੀ ਮੁੜ ਕਦੇ ਪ੍ਰਾਪਤ ਨਹੀਂ ਹੋਈ। ਪਿੰਡ ਦੇ ਪਾੜਿਆਂ 'ਚ ਆਪ ਦਾ ਵੀ ਨਾਮ ਗਿਣਿਆ ਗਿਆ। ਅਗਲੀ ਪੜ੍ਹਾਈ ਲਈ ਪਿੰਡੋਂ 2 ਕੁ ਮੀਲ ਦੂਰ ਸਕੂਲ 'ਚ ਦਾਖਲਾ ਲਿਆ। ਪੈਦਲ ਹੀ ਜਾਣਾ ਪੈਂਦਾ ਸੀ। ਅਧਿਆਪਕਾਂ ਦਾ ਵਤੀਰਾ ਵੀ ਬੜਾ ਸਖਤ ਸੀ। ਬਹੁਤੀ ਵਾਰ ਉਹਨਾਂ ਰਾਹ 'ਚ ਖੇਡਦੇ ਰਹਿਣਾ। ਖੈਰ 5ਵੀਂ ਅਤੇ 6ਵੀਂ ਤਾਂ ਔਖੇ ਸੌਖੇ ਪਾਸ ਹੋ ਗਈਆਂ, ਪਰ 7ਵੀਂ 'ਚੋਂ ਫੇਲ ਹੋ ਗਏ।
ਉਹਨਾਂ ਨੂੰ ਉੱਥੋਂ ਹਟਾ ਕੇ ਦੂਜੇ ਸਕੂਲ ਦੇ ਦੂਜੇ ਪਾਸੇ ਦੇ ਸਕੂਲ 'ਚ ਭਰਤੀ ਕਰਵਾਤਾ। ਘਰ ਵਾਲੇ ਚਾਹੁੰਦੇ ਸੀ ਕਿ 8ਵੀਂ ਪਾਸ ਕਰ ਲਏ ਤੇ ਚਿੱਠੀ ਚੀਰਾ ਲਿਖਣ ਪੜ੍ਹਨ ਜੋਗਾ ਹੋ ਜਾਏਗਾ। ਇਸ ਸਕੂਲ ਦੀ ਤਬਦੀਲੀ ਨੂੰ ਹੀ ਉਹਨਾਂ ਦੀ ਜ਼ਿੰਦਗੀ ਦੀ ਤਬਦੀਲੀ ਆਖਿਆ ਜਾ ਸਕਦਾ ਹੈ। ਬੱਚਿਓ ਦੇਖੋ, ਇੱਕ ਸਧਾਰਨ ਪੇਂਡੂ ਪਰਿਵਾਰ ਦਾ ਬੱਚਾ ਜਿਹਨੂੰ ਉਦੋਂ ਪੜ੍ਹਨ 'ਚ ਕੋਈ ਰੁਚੀ ਨਹੀਂ ਸੀ, ਰੋਜ਼ ਮਾਸਟਰਾਂ ਦੀ ਕੁੱਟ ਖਾਂਦਾ ਸੀ, ਉਹ ਦੇਸ਼ ਦਾ ਇੱਕ ਉੱਘਾ ਖੇਤੀ ਅਰਥ ਸ਼ਾਸਤਰੀ ਇਸੇ ਤਬਦੀਲੀ ਕਾਰਨ ਬਣਿਆ। ਨਵੇਂ ਸਕੂਲ 'ਚ ਉਹਨਾਂ ਨੂੰ ਉਰਦੂ ਅਤੇ ਫਾਰਸੀ ਦਾ ਇੱਕ ਮੁਸਲਮਾਨ ਅਧਿਆਪਕ ਸੂਫੀ ਮੁਹੰਮਦ ਦੀਨ ਮਿਲ ਗਿਆ। ਇਹਨਾਂ ਨੂੰ ਸਬਕ ਪੜ੍ਹਨ ਲਈ ਆਖਿਆ ਗਿਆ, ਪਰ ਆਪ ਤਾਂ ਪੜ੍ਹਾਈ 'ਚ ਕੋਰੇ ਸਨ। ਮਾਸਟਰ ਜੀ ਨੇ ਕੁੱਟਣ ਦੀ ਥਾਂ ਅਜਿਹੇ ਸ਼ਬਦ ਆਖੇ ਕਿ ਜਿਹੜੇ ਇਹਨਾਂ ਦੀ ਰੂਹ ਨੂੰ ਧੁਰ ਤੱਕ ਹਿਲਾ ਗਏ। ਉਸੇ ਦਿਨ ਸਾਰਾ ਜ਼ੋਰ ਲਾ ਕੇ ਫਾਰਸੀ ਦਾ ਸਬਕ ਅਰਥਾਂ ਸਮੇਤ ਜ਼ੁਬਾਨੀ ਯਾਦ ਕੀਤਾ। ਦੂਜੇ ਦਿਨ ਆਪ ਨੂੰ ਫਿਰ ਸਬਕ ਪੜ੍ਹਨ ਲਈ ਆਖਿਆ ਗਿਆ, ਪਰ ਆਪ ਨੇ ਬਿਨਾਂ ਕਾਇਦਾ ਵੇਖੇ ਸਾਰਾ ਸਬਕ ਜ਼ੁਬਾਨੀ ਸੁਣਾਤਾ। ਮਾਸਟਰ ਜੀ ਨੇ ਥਾਪੀ ਦਿੱਤੀ ਅਤੇ ਆਖਿਆ ਕਿ ਇਹ ਮੁੰਡਾ ਵਜ਼ੀਫਾ ਲੈ ਜਾਏਗਾ। ਇਹ ਉਤਸ਼ਾਹੀ ਸ਼ਬਦ ਜਾਦੂ ਦਾ ਅਸਰ ਕਰ ਗਏ ਅਤੇ 8ਵੀਂ ਪਾਸ ਹੀ ਨਹੀਂ ਕੀਤੀ, ਸਗੋਂ ਵਜ਼ੀਫਾ ਵੀ ਮਿਲ ਗਿਆ। 8ਵੀਂ ਦਾ ਇਮਤਿਹਾਨ ਦੇਣ ਸਮੇਂ ਪਹਿਲੀ ਵਾਰ ਆਪ ਨੇ ਪਜਾਮਾ ਪਾਇਆ, ਉਹ ਵੀ ਘਰ ਦੇ ਖੱਦਰ ਦਾ ਸਿਉਂਤਾ ਹੋਇਆ ਸੀ। ਘਰਦਿਆਂ ਲਈ ਮਿਡਲ ਪਾਸ ਬਹੁਤ ਸੀ। ਉਨੀ ਦਿਨੀ ਗਰਮੀ ਜਾਂ ਸਰਦੀ ਨੂੰ ਵੇਖੇ ਬਿਨਾਂ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਪੈਂਦਾ ਸੀ। ਸਰਦਾਰਾ ਸਿੰਘ ਨੇ ਵੀ ਆਪਣੇ ਬਾਪੂ ਦੇ ਨਾਲ ਖੇਤਾਂ 'ਚ ਸਖ਼ਤ ਮਿਹਨਤ ਕੀਤੀ। ਸਰੀਰ ਗੱਠਿਆ ਗਿਆ ਅਤੇ ਇੱਕ ਚੁਸਤ, ਪਤਲਾ, ਲੰਬਾ ਅਤੇ ਸੁੰਦਰ ਗੱਭਰੂ ਹੋਂਦ 'ਚ ਆ ਗਿਆ। ਖੇਤੀ ਦਾ ਕੰਮ ਲਗਨ ਨਾਲ ਕਰਦਾ ਵੇਖ ਕੇ ਬਾਪੂ ਨੇ ਉਹਦੇ ਵਿਆਹ ਦਾ ਫੈਸਲਾ ਕਰ ਲਿਆ। ਆਪ ਜੀ ਦੀ ਮੰਗਣੀ ਤਾਂ ਨਿੱਕੇ ਹੁੰਦਿਆਂ ਹੀ ਲਾਗਲੇ ਪਿੰਡ ਕਿਸੇ ਰਿਸ਼ਤੇਦਾਰ ਨੇ ਪੱਕੀ ਕਰਤੀ ਸੀ। ਹੁਣ ਇੱਕ ਕੇਂਦਰੀ ਯੂਨੀਵਰਸਿਟੀ ਦਾ ਕੁਲਪਤੀ ਉਦੋਂ ਚਾਦਰਾ ਬੰਨ ਕੇ ਲਾਵਾਂ ਲੈਣ ਲਾਗਲੇ ਪਿੰਡ ਗਿਆ ਸੀ। ਆਪ ਜੀ ਦਾ ਵਿਆਹ ਕੇਵਲ 17 ਵਰ੍ਹਿਆਂ ਦੀ ਉਮਰੇ 1945 'ਚ ਹੀ ਹੋ ਗਿਆ। 2 ਸਾਲਾਂ ਪਿੱਛੋਂ ਮੁੜ ਸਕੂਲ ਦਾਖਲ ਕਰਵਾ ਦਿੱਤਾ ਗਿਆ। ਪੜ੍ਹਾਈ ਪੂਰੀ ਕਰਨ ਲਈ ਆਪ ਨੂੰ ਸਖ਼ਤ ਮਿਹਨਤ ਕਰਨੀ ਪਈ। ਇਹ ਚੰਗਾ ਹੋਇਆ ਕਿ ਆਪ ਨੂੰ ਹੋਸਟਲ 'ਚ ਰਹਿਣਾ ਪਿਆ, ਕਿਉਂਕਿ ਸਕੂਲ ਨਨਕਾਣਾ ਸਾਹਿਬ ਸੀ ਅਤੇ ਜਿਹੜਾ ਪਿੰਡੋਂ 25 ਮੀਲ ਦੂਰ ਸੀ। ਇੰਝ ਪੂਰਾ ਸਮਾਂ ਪੜ੍ਹਾਈ ਵੱਲ ਲੱਗਿਆ। ਹਾਲਾਂ 10ਵੀਂ ਚੜ੍ਹੀ ਸਨ ਕਿ ਦੇਸ਼ ਆਜ਼ਾਦ ਹੋ ਗਿਆ ਅਤੇ ਪੰਜਾਬ ਵੰਡਿਆ ਗਿਆ। ਆਪ ਆਪਣੇ ਟੱਬਰ ਨਾਲ ਬੜੀ ਮੁਸ਼ਕਲਾਂ ਝੇਲਦੇ ਹੋਏ ਇੱਧਰਲੇ ਪਾਸੇ ਆਪਣੇ ਜੱਦੀ ਪਿੰਡ ਜੰਡਿਆਲੇ ਜਲੰਧਰ ਜ਼ਿਲ੍ਹੇ 'ਚ ਅਕਤੂਬਰ ਦੇ ਮਹੀਨੇ ਪੁੱਜ ਗਏ। ਇੱਥੇ ਆ ਕੇ ਵੀ ਪਰਿਵਾਰ ਨੇ ਖੇਤੀ ਕਰਨੀ ਆਰੰਭੀ। ਪਰ ਪਹਿਲਾਂ ਵੀ ਦੱਸਿਆ ਗਿਆ ਕਿ ਸਰਦਾਰਾ ਸਿੰਘ ਨੇ ਨੇੜਲੇ ਕਸਬੇ ਨੂਰ ਮਹਿਲ ਵਿੱਚ ਆਰੀਆ ਹਾਈ ਸਕੂਲ ਦਾਖਲ ਹੋ ਕੇ 1948 ਵਿੱਚ 10ਵੀਂ ਪਾਸ ਕਰ ਲਈ। ਉਦੋਂ ਟਿਊਸ਼ਨਾਂ ਦਾ ਰਿਵਾਜ ਨਹੀਂ ਸੀ ਹੁੰਦਾ। ਅਧਿਆਪਕ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਉਂਦੇ ਸਨ ਅਤੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਹੀ ਸਮਝਦੇ ਸਨ। ਉਚੇਰੀ ਪੜ੍ਹਾਈ ਅਤੇ ਨੌਕਰੀ। ਬੱਚਿਓ, ਸਰਦਾਰਾ ਸਿੰਘ ਦੀ ਘਰ ਦੀ ਮਾਲੀ ਹਾਲਤ ਭਾਵੇਂ ਉਸ ਸਮੇਂ ਬਹੁਤੀ ਚੰਗੀ ਨਹੀਂ ਸੀ, ਪਰ ਨੌਜਵਾਨ ਸਰਦਾਰਾ ਸਿੰਘ ਜੌਲ ਦੇ ਅੰਦਰ ਪੜ੍ਹਾਈ ਦੀ ਚੇਟਕ ਤਾਂ ਪਹਿਲਾਂ ਹੀ ਲੱਗ ਚੁੱਕੀ ਸੀ। ਸਕੂਲ ਦੇ ਹੈੱਡ ਮਾਸਟਰ ਅਤੇ ਹੋਰਾਂ ਨੇ ਵੀ ਉਤਸ਼ਾਹਿਤ ਕਰ ਦਿੱਤਾ ਸੀ। ਬਚਪਨ ਤੋਂ ਹੀ ਖੇਤੀ ਕੰਮਾਂ 'ਚ ਲੱਗੇ ਰਹਿਣ ਕਰਕੇ ਇਹਨਾਂ ਨੇ ਖੇਤੀ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਅਤੇ ਸਰਕਾਰੀ ਖੇਤੀਬਾੜੀ ਕਾਲਜ ਲੁਧਿਆਣਾ 'ਚ ਦਾਖਲਾ ਲੈ ਲਿਆ। ਮਿਹਨਤ ਕੀਤੀ ਜਿਸ ਨਾਲ ਵਜ਼ੀਫਾ ਵੀ ਮਿਲ ਗਿਆ। ਫਿਰ ਵੀ ਸਰਕਾਰ ਤੋਂ ਕਰਜ਼ਾ ਲੈਣਾ ਪਿਆ। ਇਹਨਾਂ ਦੀ ਦਰਸ਼ਨੀ ਸ਼ਖਸੀਅਤ ਨੂੰ ਵੇਖ ਕੇ ਸੰਗੀ ਸਾਥੀ ਫੌਜ 'ਚ ਅਫਸਰ ਬਣਨ ਦੀ ਸਲਾਹ ਦਿੰਦੇ ਸੀ। ਇਹਨਾਂ ਨੇ NCC ਲੈ ਲਈ। ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬ ਦੇ ਪਹਿਲੇ ਸੀਨੀਅਰ ਅੰਡਰ ਅਫਸਰ ਬਣ ਕੇ ਭਾਰਤ ਦੀ ਪਹਿਲੀ ਰਿਪਬਲਿਕ ਪਰੇਡ 'ਚ ਭਾਰਤ ਦੀ NCC ਦੀ ਟੁਕੜੀ ਦੀ ਅਗਵਾਈ ਕੀਤੀ ਅਤੇ ਬੈਸਟ ਕੈਡਿਟ ਆਫ ਇੰਡੀਆ ਐਲਾਨੇ ਗਏ। ਪਹਿਲਾਂ ਵੀ ਦੱਸਿਆ ਗਿਆ ਕਿ ਆਪ ਫੌਜ 'ਚ ਨਹੀਂ ਜਾ ਸਕੇ ਕਿਉਂਕਿ ਇਹਨਾਂ ਦੀ ਉਮਰ ਵੱਧ ਹੋ ਗਈ ਸੀ। BSc ਖੇਤੀ ਕਰਕੇ ਘਰ ਆ ਗਏ ਅਤੇ ਮੁੜ ਖੇਤਾਂ 'ਚ ਕੰਮ ਕਰਨ ਲੱਗੇ। ਘਰਦਿਆਂ ਨੂੰ ਠੀਕ ਨਹੀਂ ਸੀ ਲੱਗਦਾ ਕਿ ਪੜ੍ਹ ਕੇ ਮੁੰਡਾ ਘਰ 'ਚ ਵਿਹਲਾ ਬੈਠਾ ਰਹੇ। ਆਪ ਨੇ ਆਪਣੇ ਸਕੂਲ 'ਚ ਅਧਿਆਪਕ ਦੀ ਨੌਕਰੀ ਕਰ ਲਈ। ਸਾਲ ਕੁ ਪਿੱਛੋਂ ਸਰਕਾਰੀ ਨੌਕਰੀ ਮਿਲੀ ਜਿਹੜੀ ਕੇਵਲ 6 ਮਹੀਨਿਆਂ ਲਈ ਸੀ। ਮੁੜ ਕਿਸੇ ਹੋਰ ਸਕੂਲ ਵਿੱਚ ਉਦੋਂ ਤੱਕ ਨੌਕਰੀ ਕੀਤੀ ਜਦ ਤੱਕ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਗਈ। ਪਹਿਲੀ ਨਿਯੁਕਤੀ 1952 ਵਿੱਚ ਕੰਡਾ ਘਾਟ ਖੇਤੀ ਇੰਸਪੈਕਟਰ ਦੀ ਹੋਈ। ਇੱਥੇ ਪਹਾੜੀ ਇਲਾਕੇ 'ਚ ਵੱਖ ਵੱਖ ਥਾਵਾਂ 'ਤੇ ਉਹਨਾਂ ਨੇ ਕੋਈ 5 ਸਾਲ ਨੌਕਰੀ ਕੀਤੀ। ਇਸ ਸਮੇਂ ਦੌਰਾਨ ਆਪਣੇ MSc ਖੇਤੀ ਅਰਥ ਸ਼ਾਸਤਰ, MA ਅਰਥ ਸ਼ਾਸਤਰ ਪ੍ਰਾਈਵੇਟ ਤੌਰ 'ਤੇ ਕਰ ਲਈਆਂ। ਕੁਝ ਸਮਾਂ ਅੰਮ੍ਰਿਤਸਰ ਅਤੇ ਜਲੰਧਰ ਵੀ ਨੌਕਰੀ ਕੀਤੀ। ਇੱਕ ਵਾਰ ਦੀ ਗੱਲ ਹੈ ਕਿ 1960 ਵਿੱਚ ਉਹ ਕਿਸੇ ਕੰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਏ ਤਾਂ ਉਹਨਾਂ ਦਾ ਇੱਕ ਦੋਸਤ ਉੱਥੇ ਅਮਰੀਕਾ ਤੋਂ ਆਏ ਅਰਥ ਸ਼ਾਸਤਰ ਦੇ ਪ੍ਰੋਫੈਸਰ ਡੌਨ ਕੈਨਲ ਕੋਲ ਲੈ ਗਿਆ।
ਉਹ ਪ੍ਰੋਫੈਸਰ ਗੱਲਬਾਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਜਿਹੜਾ 1 ਸਾਲ ਦਾ ਖੋਜ ਸੰਬੰਧੀ ਕੋਰਸ ਉਹ ਚਲਾ ਰਹੇ ਸੀ, ਉਸ ਵਿੱਚ ਦਾਖਲੇ ਦੀ ਪੇਸ਼ਕਸ਼ ਕਰ ਦਿੱਤੀ। ਇਸ 'ਚ 200 ਰੁਪਏ ਮਹੀਨੇ ਵਜ਼ੀਫਾ ਵੀ ਮਿਲਣਾ ਸੀ। ਉਦੋਂ ਉਹਨਾਂ ਦੀ ਤਨਖਾਹ 225 ਰੁਪਏ ਸੀ। ਹੁਣ ਛੁੱਟੀ ਦੀ ਮੁਸ਼ਕਲ ਸੀ। ਖੈਰ, ਕਿਸੇ ਢੰਗ ਨਾਲ ਉਹਨਾਂ ਨੇ 1 ਸਾਲ ਲਈ ਬਗੈਰ ਤਨਖਾਹ ਦੀ ਛੁੱਟੀ ਲੈ ਲਈ। ਪੜ੍ਹਾਈ ਕਰਦਿਆਂ ਅਜੇ 6 ਕੁ ਮਹੀਨੇ ਹੀ ਹੋਏ ਸੀ ਕਿ ਇਹਨਾਂ ਦੀ ਚੋਣ ਸਰਕਾਰੀ ਖੇਤੀ ਕਾਲਜ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਹੋ ਗਈ। ਉਦੋਂ ਇਸ ਨੌਕਰੀ ਨੂੰ ਸਰਕਾਰੀ ਅਫਸਰੀ ਸਮਝਿਆ ਜਾਂਦਾ ਸੀ। ਚੰਡੀਗੜ੍ਹ ਪੜ੍ਹਾਈ ਦੌਰਾਨ ਹੀ ਇਹਨਾਂ ਦਾ ਨਾਮ PhD ਕਰਨ ਲਈ ਦਰਜ ਹੋ ਗਿਆ ਸੀ। ਜਦੋਂ ਆਪਣੀ ਨਿਯੁਕਤੀ ਬਾਰੇ ਆਪਣੇ ਅਮੈਰੀਕਨ ਪ੍ਰੋਫੈਸਰ ਨੂੰ ਦੱਸਿਆ ਤਾਂ ਉਹਨਾਂ ਦਾ ਵਡੱਪਣ ਦੇਖੋ, ਉਹਨੇ ਆਖਿਆ ਕਿ ਤੂੰ ਨੌਕਰੀ 'ਤੇ ਚਲਾ ਜਾ ਅਤੇ ਮੇਰੇ ਕੋਲ ਸ਼ਨੀਵਾਰ ਅਤੇ ਐਤਵਾਰ ਨੂੰ ਆ ਜਾਇਆ ਕਰ, ਜੋ ਕਲਾਸ 'ਚ ਪੜ੍ਹਾਇਆ ਹੋਏਗਾ ਉਹ ਮੈਂ ਤੈਨੂੰ ਪੜ੍ਹਾ ਦਿਆਂਗਾ। ਪਰ ਨਾਲ ਹੀ ਉਹਨਾਂ ਸਲਾਹ ਦਿੱਤੀ ਕਿ ਜੌਹਲ, ਹੁਣ ਤੂੰ ਅਧਿਆਪਕ ਬਣ ਗਿਆ, ਅਧਿਆਪਕ ਬਣਨ ਦੀ ਕੋਸ਼ਿਸ਼ ਕਰਨਾ। ਇਹ ਜਾਦੂਈ ਸ਼ਬਦ ਸਨ ਜਿਨ੍ਹਾਂ ਜੌਹਲ ਦੇ ਭਵਿੱਖ ਨੂੰ ਰੋਸ਼ਨ ਕੀਤਾ। ਆਪਣੀ ਮਿਹਨਤ ਨਾਲ ਉਹਨਾਂ ਕੋਰਸ ਹੀ ਪੂਰਾ ਨਾ ਕੀਤਾ, ਸਗੋਂ 1963 ਵਿੱਚ PhD ਦੀ ਡਿਗਰੀ ਵੀ ਪ੍ਰਾਪਤ ਕਰ ਲਈ। ਇਹਨਾਂ ਦੀ ਮਿਹਨਤ ਅਤੇ ਪ੍ਰਾਪਤੀਆਂ 1965 'ਚ ਰੰਗ ਲਿਆਈਆਂ, ਜਦੋਂ ਆਪ ਜੀ ਦੀ ਚੋਣ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਅਤੇ ਮੁਖੀ ਦੇ ਹੋ ਗਈ। ਕੇਵਲ 37 ਸਾਲ ਦੀ ਉਮਰ 'ਚ ਵਿਭਾਗ ਦੇ ਮੁਖੀ ਬਣਨ ਵਾਲੇ ਇਹ ਪਹਿਲੇ ਪ੍ਰੋਫੈਸਰ ਸਨ। ਆਪ ਜੀ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਸੰਨ 1974 ਵਿੱਚ ਆਪ ਜੀ ਦੀ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀ ਸੰਸਥਾ 'ਚ ਚੋਣ ਹੋ ਗਈ। ਇੱਥੇ ਆਪ ਨੇ ਈਰਾਨ ਸਰਕਾਰ ਦੇ ਸਲਾਹਕਾਰ ਵਜੋਂ 5 ਸਾਲ ਕੰਮ ਕੀਤਾ। ਜਦੋਂ ਆਪ 1979 'ਚ ਵਾਪਸ ਆਏ ਤਾਂ ਯੂਨੀਵਰਸਿਟੀ ਵਿਖੇ ਡਾਇਰੈਕਟਰ ਖੋਜ ਨਿਯੁਕਤ ਕੀਤੇ ਗਏ। ਇਸ ਤੋਂ ਪਹਿਲਾਂ 1970 'ਚ ਆਪ ਜੀ ਨੂੰ ਅਮਰੀਕਾ ਦੀ ਓਹਾਇਓ ਸਟੇਟ ਯੂਨੀਵਰਸਿਟੀ ਵਿਖੇ 2 ਸਾਲ ਲਈ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ। ਬੱਚਿਓ, ਤੁਸੀਂ ਦੇਖੋ ਕਿ ਇੱਕ ਆਮ ਜਿਹੇ ਪਿੰਡ ਦਾ ਜੰਮਪਲ ਅਤੇ ਆਮ ਸਕੂਲ ਦਾ ਪੜ੍ਹਿਆ ਸਰਦਾਰਾ ਸਿੰਘ ਹੁਣ ਪ੍ਰੋਫੈਸਰ ਬਣ ਕੇ ਵਿਦੇਸ਼ਾਂ 'ਚ ਪੜ੍ਹਾ ਰਿਹਾ ਸੀ। ਇਸੇ ਨੂੰ ਸਖ਼ਤ ਮਿਹਨਤ ਦਾ ਨਤੀਜਾ ਆਖਦੇ ਹਨ। ਹਾਲੇ ਉਹਨਾਂ ਦੀਆਂ ਮਾਣਯੋਗ ਅਤੇ ਅਣਗਿਣਤ ਪ੍ਰਾਪਤੀਆਂ ਬਾਰੇ ਅੱਗੇ ਚਾਨਣਾ ਪਾਵਾਂਗੇ। ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਨੇ ਅਪ੍ਰੈਲ 1983 'ਚ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਬਣਾ ਦਿੱਤਾ। ਯੂਨੀਵਰਸਿਟੀ ਦੇ ਵਿਗੜੇ ਮਾਹੌਲ ਨੂੰ ਆਪਣੀ ਆਪਣੀ ਲਿਆਕਤ ਅਤੇ ਸੂਝਬੂਝ ਨਾਲ ਠੀਕ ਕੀਤਾ। ਆਪਣਾ ਸਮਾਂ ਪੂਰਾ ਕਰਕੇ ਆਪ ਮੁੜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ 1986 'ਚ ਪ੍ਰੋਫੈਸਰ ਆਫ ਐਮੀਨੈਂਸ ਬਣ ਗਏ। ਇਸ ਸਮੇਂ ਦੌਰਾਨ 2 ਮਹੀਨੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ। ਭਾਰਤ ਸਰਕਾਰ ਨੇ ਆਪ ਜੀ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਇੱਥੇ ਵੀ ਇਹਨਾਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਅਤੇ ਕਿਸਾਨਾਂ ਨੂੰ ਜਿਣਸਾਂ ਦੇ ਚੰਗੇ ਭਾਅ ਦਵਾਏ। ਇਸ ਪਦਵੀ 'ਤੇ ਆਪ ਨੇ 1991 ਤੱਕ ਕੰਮ ਕੀਤਾ। ਆਪ ਦੇ ਸੇਵਾ ਕਾਲ 'ਚ ਵਾਧੇ ਲਈ ਜ਼ੋਰ ਪਾਇਆ ਗਿਆ, ਪਰ ਆਪ ਨੂੰ ਪ੍ਰੋਫੈਸਰ ਐਮੀਨੈਂਸ 'ਤੇ ਕੰਮ ਕਰਨਾ ਵਧੇਰੇ ਚੰਗਾ ਲੱਗਦਾ ਸੀ। ਆਪ ਵੱਲੋਂ ਖੇਤੀ ਵਿਕਾਸ ਲਈ ਤਿਆਰ ਕੀਤੀਆਂ ਰਿਪੋਰਟਾਂ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲ ਪੁੱਜ ਗਈਆਂ। ਉਹ ਪੜ੍ਹਨ ਉਪਰੰਤ ਇੰਨੇ ਪ੍ਰਭਾਵਿਤ ਹੋਏ ਕਿ ਇਹਨਾਂ ਨੂੰ ਵਿਚਾਰ ਵਟਾਂਦਰੇ ਲਈ ਦਿੱਲੀ ਬੁਲਾਇਆ ਅਤੇ ਆਪਣੀ ਅਰਥ ਸ਼ਾਸਤਰ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਨਿਯੁਕਤ ਕਰ ਦਿੱਤਾ ਗਿਆ। ਰਾਜੀਵ ਗਾਂਧੀ ਪਿੱਛੋਂ ਸ੍ਰੀ VP ਸਿੰਘ, ਸ੍ਰੀ ਚੰਦਰ ਸ਼ੇਖਰ ਅਤੇ ਸ੍ਰੀ PV ਨਰਸਿਮਾ ਰਾਓ ਪ੍ਰਧਾਨ ਮੰਤਰੀ ਬਣੇ ਤਾਂ ਇਹਨਾਂ ਸਭਨਾਂ ਨੇ ਡਾਕਟਰ ਜੌਹਲ ਨੂੰ ਆਪਣੀ ਕੌਂਸਲ ਦਾ ਮੈਂਬਰ ਬਣਾਈ ਰੱਖਿਆ। ਬਾਹਰ ਦੇ ਕਣਗੌਲੇ ਪਿੰਡ ਦੀ ਧੂੜ 'ਚ ਜੰਮਿਆ ਪਲਿਆ ਬੱਚਾ ਦੇਸ਼ ਦੇ 4 ਪ੍ਰਧਾਨ ਮੰਤਰੀਆਂ ਦਾ ਸਲਾਹਕਾਰ ਬਣੇ, ਇਹ ਚਮਤਕਾਰ ਤੋਂ ਘੱਟ ਨਹੀਂ ਹੈ। ਸੰਨ 1993 ਵਿੱਚ ਆਪਣੇ 64 ਸਾਲ ਦੀ ਉਮਰ ਵਿੱਚ ਸਾਰੀਆਂ ਪਦਵੀਆਂ ਦੀ ਸਮਾਪਤੀ ਪਿੱਛੋਂ ਲੁਧਿਆਣੇ ਆਪਣੇ ਗੁਰਦੇਵ ਨਗਰ ਵਾਲੇ ਘਰ ਸੇਵਾ ਮੁਕਤੀ ਵਾਲਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਨੇ ਕਿ ਚੰਗੇ ਬੰਦਿਆਂ ਨੂੰ ਟਿਕਾ ਕਿੱਥੇ ਹੁੰਦਾ ਹੈ? ਅਜੇ ਮਿਹਨਤੀ ਅਤੇ ਸਿਰੜੀ ਵਿਦਵਾਨ ਮਨੁੱਖ ਨੂੰ ਘਰ ਟਿਕਣਾ ਵੀ ਨਹੀਂ ਚਾਹੀਦਾ, ਜਿੰਨੀ ਲੋਕ ਸੇਵਾ ਹੋ ਸਕੇ ਕਰਨੀ ਚਾਹੀਦੀ ਹੈ। ਪੰਜਾਬੀ ਸਾਹਿਤ ਨਾਲ ਆਪਦਾ ਲਗਾਵ ਵੇਖ ਕੇ ਆਪ ਜੀ ਨੂੰ 6 ਸਾਲ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਰਿਜ਼ਰਵ ਬੈਂਕ ਵੱਲੋਂ ਆਪ ਜੀ ਨੂੰ ਡਾਇਰੈਕਟਰ ਬਣਾਇਆ ਗਿਆ, ਜਿੱਥੇ ਆਪ 2002 ਤੱਕ ਦਾ ਅਰਸਾ 7 ਸਾਲ ਰਹੇ। ਜਦੋਂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਆਪ ਜੀ ਨੂੰ 2002 'ਚ ਪੰਜਾਬ ਰਾਜ ਯੋਜਨਾ ਬੋਰਡ ਦਾ ਕੈਬਿਨਟ ਮੰਤਰੀ ਦੇ ਬਰਾਬਰ ਚੇਅਰਮੈਨ ਬਣਾ ਦਿੱਤਾ ਗਿਆ। ਸਾਲ 2012 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਪ ਜੀ ਨੂੰ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਦਾ ਪਹਿਲਾ ਗੈਰ ਸਰਕਾਰੀ ਕੁਲਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ।
ਇਹ ਵੇਖਣ ਵਾਲੀ ਗੱਲ ਹੈ ਕਿ ਇਹ ਨਿਯੁਕਤੀ ਉਦੋਂ ਨਾਲ ਹੀ ਹੋਈ ਜਦੋਂ ਉਪ ਰਾਸ਼ਟਰਪਤੀ ਨੂੰ ਛੱਤੀਸਗੜ੍ਹ ਯੂਨੀਵਰਸਿਟੀ ਦਾ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੰਗਾਲ ਸੈਂਟਰਲ ਯੂਨੀਵਰਸਿਟੀ ਦਾ, ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਬਿਹਾਰ ਅਤੇ ਨੋਬਲ ਲਾਰੀਏਟ ਅਮ੍ਰਿਤਿਆ ਸੇਨ ਨੂੰ ਸ਼ਾਂਤੀ ਨਿਕੇਤਨ ਸੈਂਟਰਲ ਯੂਨੀਵਰਸਿਟੀ ਦੇ ਕੁਲਪਤੀ ਨਿਯੁਕਤ ਕੀਤਾ ਗਿਆ। ਆਪ ਹੋਰ ਵੀ ਕਈ ਕੌਮੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਲਾਹਕਾਰ ਹਨ। ਇਸ ਉਮਰ ਵਿੱਚ ਵੀ ਆਪ ਪਹਿਲਾਂ ਵਾਂਗ ਹੀ ਪੂਰੀ ਚੁਸਤੀ ਫੁਰਤੀ 'ਚ ਕਾਰਜ ਕਰਦੇ ਹਨ। ਉੱਚੀਆਂ ਪਦਵੀਆਂ 'ਤੇ ਪੁੱਜ ਕੇ ਵੀ ਆਪ ਵਿੱਚ ਪੇਂਡੂਆਂ ਵਾਲੀ ਸਾਦਗੀ ਹੈ। ਹਰ ਕਿਸੇ ਦੇ ਕੰਮ ਆਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਆਪ ਹਸਮੁਖੇ ਸੁਭਾਅ ਦੇ ਨਿੱਘੇ ਅਤੇ ਮਿਲਾਪੜੇ ਮਨੁੱਖ ਹਨ। ਹਰ ਇੱਕ ਦੀ ਗੱਲ ਧਿਆਨ ਅਤੇ ਤਹੱਮਲ ਨਾਲ ਸੁਣਨਾ ਅਤੇ ਉਹਦਾ ਹੱਲ ਕੱਢਣਾ ਆਪ ਦੀ ਸ਼ਖਸੀਅਤ ਦਾ ਪ੍ਰਮੁੱਖ ਗੁਣ ਹੈ। ਆਪ ਪੁਸਤਕਾਂ ਨੂੰ ਆਪਣੇ ਜੀਵਨ ਦਾ ਸੱਚਾ ਸਾਥੀ ਸਮਝਦੇ ਹਨ। ਆਪ ਦਾ ਕਥਨ ਹੈ ਕਿ ਕੋਈ ਵੀ ਵਿਅਕਤੀ ਸੰਸਾਰ ਪ੍ਰਸਿੱਧ ਚੰਗੀਆਂ ਪੁਸਤਕਾਂ ਪੜ੍ਹ ਕੇ ਆਪਣੇ ਜੀਵਨ 'ਚ ਸਫਲਤਾ ਹਾਸਲ ਕਰਦਾ ਹੈ। ਪੁਸਤਕਾਂ ਪੜ੍ਹਨ ਦੇ ਨਾਲ ਨਾਲ ਆਪ ਨੂੰ ਕੌਲਮ ਲਿਖਣ ਦਾ ਸ਼ੌਕ ਵੀ ਪੈ ਗਿਆ। ਆਪ ਨੇ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਅਨੇਕ ਸਮਾਜਿਕ ਸਮੱਸਿਆਵਾਂ ਦੇ ਹੱਲ ਬਾਰੇ ਖੋਜ ਭਰਪੂਰ ਅਤੇ ਦਿਲਚਸਪ ਕੌਲਮ ਲਿਖੇ ਅਤੇ ਲਿਖ ਰਹੇ ਹਨ। ਵਿਦੇਸ਼ ਉਡਾਰੀਆਂ ਬੱਚੇ, ਤੁਸੀਂ ਦੇਖੋ ਕਿ ਜਿਹੜਾ ਬੱਚਾ ਚੌਥੀ ਦਾ ਇਮਤਿਹਾਨ ਦੇਣ ਵੇਲੇ ਘਰੋਂ ਪਹਿਲੀ ਵਾਰ ਨਿਕਲਿਆ ਸੀ, ਅੱਜ ਉਹ ਦੇਸ਼ ਵਿਦੇਸ਼ ਉਡਾਰੀਆਂ ਮਾਰ ਰਿਹਾ ਸੀ। ਸਾਡੇ ਗੁਲਾਬ ਦੇ ਫੁੱਲ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੱਕ ਦਿਨ ਸਾਰੇ ਸੰਸਾਰ 'ਚ ਆਪਣੀ ਮਹਿਕ ਬਖੇਰੇਗਾ। ਉਹੀ ਬੱਚਾ ਜਿਹਦੀ 6ਵੀਂ ਜਮਾਤ ਤੱਕ ਪੜ੍ਹਾਈ 'ਚ ਕੋਈ ਰੁਚੀ ਨਹੀਂ ਸੀ ਪੈਦਾ ਹੋਈ ਅਤੇ 7ਵੀਂ 'ਚ ਫੇਲ ਵੀ ਹੋ ਗਿਆ ਸੀ, ਇੱਕ ਦਿਨ ਉਹ ਖੇਤੀ ਅਰਥ ਸ਼ਾਸਤਰੀ ਦੇ ਰੂਪ 'ਚ ਆਪਣੇ ਦੇਸ਼ ਦਾ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਲਈ ਸਲਾਹਕਾਰ ਬਣੇਗਾ। ਡਾਕਟਰ ਜੌਲ ਨੂੰ ਪਹਿਲੀ ਵਾਰ ਵਿਦੇਸ਼ ਜਾਣ ਦਾ ਮੌਕਾ 1969 'ਚ ਮਿਲਿਆ, ਜਦੋਂ ਅਮਰੀਕਾ ਵੱਲੋਂ ਇਹਨਾਂ ਨੂੰ 4 ਮਹੀਨੇ ਲਈ ਉੱਥੇ ਫੇਰਾ ਮਾਰਨ ਦਾ ਸੱਦਾ ਮਿਲਿਆ ਸੀ। ਅਮਰੀਕਾ ਜਾਂਦੇ ਹੋਏ ਕੁਝ ਦਿਨ ਆਪਣੇ ਚਾਚਾ ਜੀ ਕੋਲ ਇੰਗਲੈਂਡ ਵੀ ਰਹੇ ਸਨ। 4 ਮਹੀਨਿਆਂ ਦੌਰਾਨ ਇਹਨਾਂ ਨੇ ਸਾਰੇ ਅਮਰੀਕਾ ਨੂੰ ਘੁੰਮ ਫਿਰ ਕੇ ਵੇਖਿਆ, ਉੱਥੋਂ ਦੀ ਕਿਰਸਾਨੀ ਦਾ ਅਧਿਐਨ ਕੀਤਾ ਅਤੇ ਕੋਈ 16 ਯੂਨੀਵਰਸਿਟੀਜ਼ ਵਿੱਚ ਲੈਕਚਰ ਦਿੱਤੇ। ਓਹਾਈਓ ਸਟੇਟ ਯੂਨੀਵਰਸਿਟੀ ਵਾਲਿਆਂ ਨੇ ਇਹਨਾਂ ਦੇ ਵਿਚਾਰਾਂ ਅਤੇ ਸੂਝ ਦੀ ਇੰਨੀ ਕਦਰ ਕੀਤੀ ਕਿ 2 ਸਾਲ ਲਈ ਆਪਣੀ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ ਕਰਨ ਦਾ ਫੈਸਲਾ ਕਰ ਲਿਆ। ਵਾਪਸੀ 'ਤੇ ਆਪ ਜਪਾਨ ਰੁਕੇ ਅਤੇ ਇੱਥੇ ਵੀ 3 ਯੂਨੀਵਰਸਿਟੀਆਂ ਵਿੱਚ ਸੈਮੀਨਾਰ ਦਿੱਤੇ ਅਤੇ ਇੱਥੋਂ ਦੀ ਖੇਤੀ ਵੇਖੀ। ਜਪਾਨ ਪਿੱਛੋਂ ਆਪ ਫਿਲੀਪੀਨ ਗਏ ਅਤੇ ਇੱਥੇ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਨੂੰ ਵੇਖਿਆ। ਹਾਂਗਕਾਂਗ ਤੋਂ ਥਾਈਲੈਂਡ ਹੁੰਦੇ ਹੋਏ ਆਪ ਵਾਪਸ ਭਾਰਤ ਆਏ। ਪਹਿਲੀ ਵਾਰ ਇਹਨਾਂ ਨੇ ਪੱਛਮੀ ਸੱਭਿਆਚਾਰ ਨੂੰ ਵੇਖਿਆ ਅਤੇ ਦੂਜੀ ਵਾਰ 1970 'ਚ ਉਹਨਾਂ ਨੂੰ ਸੋਵੀਅਤ ਯੂਨੀਅਨ ਜਾਣ ਦਾ ਮੌਕਾ ਮਿਲਿਆ, ਜਿੱਥੇ ਉਹਨਾਂ ਨੇ ਸਮਾਜਵਾਦੀ ਢਾਂਚੇ ਨੂੰ ਨੇੜੇ ਹੋ ਕੇ ਵੇਖਿਆ। ਇਸ ਢਾਂਚੇ ਨੂੰ ਹੋਰ ਨੇੜਿਓਂ ਵੇਖਣ ਦਾ ਇਹਨਾਂ ਨੂੰ ਮੁੜ 1985-1991 'ਚ ਮੌਕਾ ਮਿਲਿਆ। ਸਮਾਜਵਾਦ ਦੇ 2 ਵੱਖਰੇ ਅਤੇ ਸਫਲ ਨਮੂਨੇ ਚੀਨ ਅਤੇ ਕਿਊਬਾ ਹਨ। ਆਪ ਜੀ ਨੇ ਇਹਨਾਂ ਦੋਵਾਂ ਦੇਸ਼ਾਂ 'ਚ ਜਾ ਕੇ ਇੱਥੋਂ ਦੇ ਵਿਕਾਸ ਢਾਂਚੇ ਨੂੰ ਨੇੜਿਓਂ ਵੇਖਿਆ। ਚੀਨ ਵਿੱਚ ਇਹ 1986 ਅਤੇ 1996 ਨੂੰ 2 ਵਾਰ ਗਏ, ਜਦੋਂ ਕਿ ਕਿਊਬਾ ਵਿੱਚ ਆਪ 1984 'ਚ ਗਏ। ਸੋਵੀਅਤ ਯੂਨੀਅਨ 'ਚ ਆਪ 1991 ਵਿੱਚ ਵਿਸ਼ਵ ਬੈਂਕ ਵੱਲੋਂ ਇੱਕ ਸਲਾਹਕਾਰ ਦੇ ਰੂਪ 'ਚ ਗਏ ਅਤੇ ਉੱਥੋਂ ਦੀ ਸਰਕਾਰ ਨੂੰ ਅਰਥਚਾਰੇ ਬਾਰੇ ਕਈ ਸੁਝਾਅ ਦਿੱਤੇ, ਜਿਨ੍ਹਾਂ ਨੂੰ ਉੱਥੋਂ ਦੀ ਸਰਕਾਰ ਨੇ ਖਿੜੇ ਮੱਥੇ ਕਬੂਲਿਆ। ਚੀਨ 'ਚ ਇਹਨਾਂ ਦਾ ਮੁੱਖ ਕੰਮ ਇਹ ਵੇਖਣਾ ਸੀ ਕਿ ਚੀਨੀ ਫਸਲਾਂ ਦੇ ਝਾੜ ਇੰਨੇ ਵੱਧ ਕਿਵੇਂ ਲੈਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਵੇਖਣ ਨੂੰ ਚੀਨ ਦੇ ਲੋਕ ਖੁਸ਼ਹਾਲ ਵਿਖਾਈ ਦਿੰਦੇ ਹਨ, ਕਿਸੇ ਦੇ ਵੀ ਕੱਪੜਾ ਮਾੜਾ ਜਾਂ ਗੰਦਾ ਨਹੀਂ ਸੀ, ਕੋਈ ਵਿਅਕਤੀ ਜੁੱਤੀ ਤੋਂ ਬਗੈਰ ਨਹੀਂ ਵੇਖਿਆ ਅਤੇ ਕੋਈ ਮੰਗਤਾ ਵੀ ਨਜ਼ਰ ਨਹੀਂ ਆਇਆ। ਹਰ ਪਾਸੇ ਸਾਫ਼ ਸਫਾਈ ਸੀ, ਲੋਕਾਂ 'ਚ ਹਰ ਤਰ੍ਹਾਂ ਦਾ ਅਨੁਸ਼ਾਸਨ ਸੀ। ਇਸੇ ਤਰ੍ਹਾਂ ਇਹਨਾਂ ਨੇ ਕਿਊਬਾ ਦੇ ਰਾਜ ਪ੍ਰਬੰਧ ਨੂੰ ਵੇਖਿਆ ਅਤੇ ਉਹ ਉਸ ਤੋਂ ਚੋਖੇ ਪ੍ਰਭਾਵਿਤ ਹੋਏ। ਉਹਨਾਂ ਨੇ ਲਿਖਿਆ ਕਿ ਮੈਂ ਸਮਾਜਵਾਦੀ ਦੇਸ਼ਾਂ ਦੇ ਤਜਰਬੇ ਤੋਂ ਮਹਿਸੂਸ ਕੀਤਾ ਕਿ ਸਮਾਜਵਾਦ ਇੱਕ ਚੰਗਾ ਸਿਧਾਂਤ ਹੈ, ਪਰ ਇਹਨੂੰ ਚਲਾਉਣ ਵਾਲਿਆਂ ਦੀ ਕੱਟੜਤਾ ਅਤੇ ਸਵਾਰਥ ਇਸ ਤਜਰਬੇ ਨੂੰ ਲੈ ਡੁੱਬਿਆ ਹੈ। ਇਹ ਪ੍ਰਗਤੀਵਾਦੀ ਸਿਧਾਂਤ ਹੈ, ਇਸ ਵਿੱਚ ਖੜੋਤ ਲਈ ਕੋਈ ਥਾਂ ਨਹੀਂ ਹੈ। ਡਾਕਟਰ ਸਰਦਾਰਾ ਸਿੰਘ ਜੌਲ ਨੇ 1970 ਤੋਂ 1972 ਤੱਕ 2 ਸਾਲ ਓਹਾਈਓ ਸਟੇਟ ਯੂਨੀਵਰਸਿਟੀ 'ਚ ਬਤੌਰ ਪ੍ਰੋਫੈਸਰ ਕੰਮ ਕੀਤਾ। ਉਹ ਬੱਚਾ ਜਿਹੜਾ ਆਪ ਕਦੇ ਪੜ੍ਹਾਈ ਤੋਂ ਦੂਰ ਭੱਜਦਾ ਸੀ, ਅੱਜ ਅਮਰੀਕਾ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ। ਇਹ ਹੈ ਮਿਹਨਤ ਅਤੇ ਮੁਸ਼ੱਕਤ ਦਾ ਕਮਾਲ। ਇਹ ਯੂਨੀਵਰਸਿਟੀ ਇਹਨਾਂ ਨੂੰ ਪੱਕੇ ਤੌਰ 'ਤੇ ਆਪਣੇ ਪਾਸ ਹੀ ਰੱਖਣਾ ਚਾਹੁੰਦੀ ਸੀ, ਪਰ ਇਹਨਾਂ ਨੂੰ ਆਪਣੀ ਯੂਨੀਵਰਸਿਟੀ ਲੁਧਿਆਣਾ ਤੋਂ ਬੁਲਾਵਾ ਆ ਗਿਆ ਅਤੇ ਇਹਨਾਂ ਨੇ ਆਪਣੇ ਦੇਸ਼ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ।
ਵਾਪਸ ਆ ਕੇ ਇਹਨਾਂ ਆਪਣੇ ਸੂਬੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 1974 ਚ ਆਪ ਨੂੰ ਸੰਯੁਕਤ ਰਾਸ਼ਟਰ ਦੀ ਭੋਜਨ ਤੇ ਖੇਤੀ ਸੰਸਥਾ ਰੋਮ ਵੱਲੋਂ ਇੱਕ ਮਾਹਿਰ ਦੇ ਰੂਪ ਚ ਵਿਕਾਸਸ਼ੀਲ ਦੇਸ਼ਾਂ ਚ ਕੰਮ ਕਰਨ ਦਾ ਸੱਦਾ ਆ ਗਿਆ। ਉਹਨਾਂ ਨੂੰ ਈਰਾਨ ਸਰਕਾਰ ਦਾ ਖੇਤੀ ਸਲਾਹਕਾਰ ਨਿਯੁਕਤ ਕੀਤਾ ਗਿਆ। ਈਰਾਨ ਦੀ ਭਾਸ਼ਾ ਫਾਰਸੀ ਹੈ। ਆਪਣੇ ਸਕੂਲ 'ਚ ਇਹ ਭਾਸ਼ਾ ਪੜ੍ਹੀ ਹੋਈ ਸੀ। ਇੱਥੇ ਆ ਕੇ ਇਹਨਾਂ ਨੇ ਹੋਰ ਮਿਹਨਤ ਕੀਤੀ। ਇੰਜ ਇਹਨਾਂ ਨੂੰ ਆਮ ਲੋਕਾਂ 'ਚ ਵਿਚਰਨ ਸਮੇਂ ਕੋਈ ਦਿੱਕਤ ਨਹੀਂ ਆਈ। ਈਰਾਨ ਵਿੱਚ ਦੋ ਚੀਜ਼ਾਂ ਨੇ ਇਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ, ਇੱਕ ਸਮਾਜਿਕ ਸਮਾਨਤਾ ਅਤੇ ਦੂਸਰਾ ਵਿੱਦਿਆ ਪ੍ਰਤੀ ਸਤਿਕਾਰ। ਅਜੇ ਇਹਨਾਂ ਨੂੰ 4 ਕੁ ਸਾਲ ਹੀ ਹੋਏ ਸਨ, ਉੱਥੇ ਸਰਕਾਰ ਦਾ ਤਖਤਾ ਪਲਟ ਗਿਆ। 1 ਸਾਲ ਆਪ ਨੂੰ ਲਿਬਨਾਨ 'ਚ ਪੂਰਾ ਕਰਨਾ ਪਿਆ। UNO ਦੀ 5 ਸਾਲ ਨੌਕਰੀ ਕਰਨ ਪਿੱਛੋਂ ਪੈਨਸ਼ਨ ਮਿਲ ਜਾਂਦੀ ਹੈ। ਇੱਥੇ ਹੀ ਇਹਨਾਂ ਮਹਿਸੂਸ ਕੀਤਾ ਕਿ ਪੈਸੇ ਦੀ ਲਾਲਸਾ ਨੂੰ ਜੇ ਠੱਲ ਨਾ ਪਾਈ ਜਾਏ ਤਾਂ ਇਹਦਾ ਕੋਈ ਅੰਤ ਨਹੀਂ ਹੁੰਦਾ। ਆਪ ਵਾਪਸ ਲੁਧਿਆਣਾ ਆ ਗਏ ਅਤੇ ਯੂਨੀਵਰਸਿਟੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਨੂੰ ਪਾਕਿਸਤਾਨ ਜਾਣ ਦਾ ਵੀ ਕਈ ਵਾਰ ਮੌਕਾ ਮਿਲਿਆ। ਇੱਥੇ ਆਪਣੇ ਉਸ ਸਕੂਲ ਵੀ ਗਏ ਜਿੱਥੋਂ ਦੇ ਅਧਿਆਪਕ ਦੇ 2 ਬੋਲਾਂ ਨੇ ਇਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ ਅਤੇ ਜਿਸ ਪੜ੍ਹਾਈ ਤੋਂ ਦੂਰ ਭੱਜਦੇ ਸਨ ਉਸੇ ਪੜ੍ਹਾਈ 'ਚ ਪੂਰੀ ਲਗਨ ਨਾਲ ਜੁੱਟ ਗਏ ਸਨ। ਆਪਣੇ ਉਸ ਮੁਸਲਮਾਨ ਅਧਿਆਪਕ ਸੂਫੀ ਮੁਹੰਮਦ ਦੀਨ ਦੇ ਸਤਿਕਾਰ ਵਿੱਚ ਉਹਨਾਂ ਦੇ ਨਾਮ ਦਾ ਵਜ਼ੀਫਾ ਜਾਰੀ ਕਰਕੇ ਆਏ। ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਆਪ ਜੀ ਤੋਂ ਸਿੱਖਿਆ ਜਾ ਸਕਦਾ ਹੈ। ਆਪ ਜੀ ਜਿੱਥੇ ਵਿਦੇਸ਼ਾਂ 'ਚ ਉੱਥੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇਣ ਗਏ, ਉੱਥੇ ਆਪ ਵੀ ਉਹਨਾਂ ਦੇ ਚੰਗੇ ਗੁਣਾਂ ਨੂੰ ਸਿੱਖ ਕੇ ਆਏ। ਇਹ ਗੁਣ ਇਹਨਾਂ ਨੇ ਭਾਰਤ ਆ ਕੇ ਸੰਬੰਧਿਤ ਅਧਿਕਾਰੀਆਂ ਨਾਲ ਸਾਂਝੇ ਕੀਤੇ ਤਾਂ ਜੋ ਸਾਡੀ ਵਿਕਾਸ ਦਰ ਤੇਜ਼ ਹੋ ਸਕੇ। ਇਹਨਾਂ ਗੁਣਾਂ ਨੂੰ ਆਪ ਜੀ ਨੇ ਆਪਣੇ ਮਨ ਅੰਦਰ ਵੀ ਵਸਾਇਆ। ਇਹੋ ਹੀ ਸਫਲਤਾ ਦਾ ਮੰਤਰ ਹੈ, ਆਪਣੇ ਚੰਗੇ ਗੁਣਾਂ ਨੂੰ ਦੂਜਿਆਂ 'ਚ ਵੰਡਣਾ ਅਤੇ ਦੂਜਿਆਂ ਦੇ ਚੰਗੇ ਗੁਣ ਆਪਣੇ ਅੰਦਰ ਵਸਾਉਣਾ। ਕਿਰਤ ਦਾ ਸਤਿਕਾਰ ਅਤੇ ਕਿਰਤ ਕਰਨ ਦਾ ਪਾਠ ਤਾਂ ਆਪ ਨੇ ਬਚਪਨ ਤੋਂ ਹੀ ਪੜ੍ਹਿਆ ਸੀ, ਪਰ ਵਿਦੇਸ਼ੀ ਫੇਰੀਆਂ ਵਿੱਚੋਂ ਇਹ ਹੋਰ ਵੀ ਪ੍ਰਪੱਖ ਹੋ ਗਿਆ। ਆਪ ਜੀ ਦਾ ਆਖਣਾ ਹੈ ਕਿ ਜਿਹੜਾ ਵੀ ਕਾਰਜ ਕਰੋ ਉਹਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕਰੋ। ਹੱਥੀਂ ਕੰਮ ਕਰਨ ਦੀ ਕਦੇ ਵੀ ਸ਼ਰਮ ਨਾ ਮੰਨੀ ਜਾਏ। ਆਪ ਹੁਣ ਵੀ ਆਪਣੇ ਕੱਪੜੇ ਆਪ ਹੀ ਧੋਂਦੇ ਹਨ ਅਤੇ ਆਪ ਹੀ ਉਹਨਾਂ ਨੂੰ ਪ੍ਰੈਸ ਕਰਦੇ ਹਨ, ਆਪਣੀ ਜੁੱਤੀ ਵੀ ਆਪ ਹੀ ਪੋਲਿਸ਼ ਕਰਦੇ ਹਨ, ਸਮੇਂ ਦੇ ਪੂਰੇ ਪਾਬੰਦ ਹਨ। ਅੱਜ ਤੱਕ ਅਸੀਂ ਉਹਨਾਂ ਨੂੰ ਕਦੇ ਵੀ ਦਿੱਤੇ ਸਮੇਂ ਤੋਂ ਪਛੜ ਕੇ ਆਉਂਦੇ ਨਹੀਂ ਵੇਖਿਆ। ਉਹਨਾਂ ਅੱਜ ਦਾ ਕੰਮ ਕਦੇ ਕੱਲ੍ਹ ਉੱਤੇ ਨਹੀਂ ਛੱਡਿਆ, ਸਗੋਂ ਸਾਰਾ ਕੰਮ ਖਤਮ ਕਰਕੇ ਹੀ ਰਾਤ ਨੂੰ ਸੌਂਦੇ ਹਨ। ਜੀਵਨ 'ਚ ਪੂਰੀ ਸਾਦਗੀ ਹੈ, ਚੋਟੀ ਉੱਤੇ ਪੁੱਜ ਕੇ ਅਤੇ ਅੰਤਾਂ ਤੱਕ ਸ਼ੋਹਰਤ ਹਾਸਲ ਕਰਕੇ ਵੀ ਧਰਤੀ ਨਾਲ ਜੁੜੇ ਹੋਏ ਹਨ। ਇਹਨਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਜਿੱਥੋਂ ਤੱਕ ਹੋ ਸਕੇ ਲੋੜਵੰਦ ਦੀ ਸਹਾਇਤਾ ਕਰਦੇ ਹਨ, ਹਮੇਸ਼ਾ ਸੱਚ ਅਤੇ ਹੱਕ ਦਾ ਸਾਥ ਦਿੰਦੇ ਹਨ। ਜੋ ਵੀ ਪ੍ਰਾਪਤ ਕੀਤਾ ਆਪਣੀ ਮਿਹਨਤ ਨਾਲ ਪ੍ਰਾਪਤ ਕੀਤਾ, ਕਦੀ ਵੀ ਕੋਈ ਗਲਤ ਢੰਗ ਨਹੀਂ ਅਪਣਾਇਆ, ਪਰ ਇਹ ਸਭ ਪਰਮਾਤਮਾ ਦੀ ਹੀ ਦੇਣ ਮੰਨਦੇ ਹਨ। ਅਨਮੋਲ ਬਚਨ। ਬੱਚੋ, ਜਿਵੇਂ ਕਿ ਤੁਸੀਂ ਭਾਵ ਲਿਆ ਹੈ ਕਿ ਡਾਕਟਰ ਸਰਦਾਰਾ ਸਿੰਘ ਜੌਲ ਦੀ ਸਾਰੀ ਉਮਰ ਜਦੋ ਜਹਿਦ ਭਰੀ ਹੈ। ਉਹਨਾਂ ਫਰਸ਼ ਤੋਂ ਉੱਠ ਅਰਸ਼ ਨੂੰ ਛੋਇਆ, ਸਭ ਕੁਛ ਇਮਾਨਦਾਰੀ ਨਾਲ ਕੀਤਾ, ਮਿਹਨਤ ਨਾਲ ਪ੍ਰਾਪਤ ਕੀਤਾ, ਪਰਮਾਤਮਾ ਤੋਂ ਸਿਵਾ ਕਦੇ ਕਿਸੇ ਸਹਾਰੇ ਦੀ ਭਾਲ ਜਾਂ ਆਸ ਨਹੀਂ ਕੀਤੀ। ਇਸ ਜੀਵਨ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਅਤੇ ਬਹੁਤ ਕੁਝ ਸਿਖਾਇਆ ਵੀ ਹੈ। ਉਹ ਕੁਠਾਲੀ 'ਚ ਪਿਘਲ ਕੇ ਖਰਾ ਸੋਨਾ ਬਣੇ ਹਨ। ਆਪਣੇ ਨਿੱਜੀ ਅਨੁਭਵ ਦੇ ਆਧਾਰ ਉੱਤੇ ਉਹਨਾਂ ਕੁਝ ਅਸੂਲ ਨਿਖੇੜੇ ਹਨ। ਇਹਨਾਂ ਵਿੱਚੋਂ ਕੁਝ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਤਾਂ ਜੋ ਇਹ ਉਹਨਾਂ ਦੇ ਜੀਵਨ ਸਫ਼ਰ ਨੂੰ ਵਧੇਰੇ ਆਨੰਦਮਈ ਬਣਾ ਸਕਣ। ਪਰ ਅਜਿਹਾ ਉਦੋਂ ਹੀ ਹੋਏਗਾ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਓਗੇ। ਪਹਿਲਾ, ਜ਼ਿੰਦਗੀ ਦੇ ਉਤਾਰ ਚੜ੍ਹਾਅ 'ਚ ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਕੰਮ ਹਮੇਸ਼ਾ ਹੀ ਕਾਮਯਾਬੀ ਬਖਸ਼ਦਾ ਹੈ। ਅਗਲਾ, ਹਾਰਾਂ ਤੋਂ ਘਬਰਾ ਕੇ ਹੌਸਲਾ ਛੱਡ ਦੇਣ ਵਾਲੇ ਵਿਅਕਤੀ ਕਦੇ ਵੀ ਪ੍ਰਾਪਤੀ ਦਾ ਆਨੰਦ ਨਹੀਂ ਮਾਣ ਸਕਦੇ। ਅਗਲਾ, ਜਿਸ ਸਮਾਜ 'ਚ ਕੰਮ ਚੋਰ ਅਤੇ ਵਿਹਲੜਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਨਾ ਵੇਖਿਆ ਜਾਏ ਉਹ ਸਮਾਜ ਹੀ ਤਰੱਕੀ ਕਰਦਾ ਹੈ। ਅਗਲਾ, ਤਾਕਤ ਦੀ ਵਰਤੋਂ ਹਮੇਸ਼ਾ ਦੂਜਿਆਂ ਦੀ ਸਹਾਇਤਾ ਲਈ ਕਰਨੀ ਚਾਹੀਦੀ ਹੈ। ਅਗਲਾ, ਠਰਮੇ ਅਤੇ ਸਦਭਾਵਨਾ ਨਾਲ ਬਹੁਤੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ। ਅਗਲਾ, ਦੋਸਤ ਜ਼ਰੂਰੀ ਹਨ ਪਰ ਇਹਨਾਂ ਦੀ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜੋ ਦੋਸਤੀ ਵਿੱਚੋਂ ਸਵਾਰਥ ਲੱਭਦਾ ਹੈ ਉਹ ਦੋਸਤ ਨਹੀਂ, ਮਤਲਬੀ ਯਾਰ ਹੁੰਦਾ ਹੈ। ਅਗਲਾ, ਜੇਕਰ ਨੀਅਤ ਸਾਫ਼ ਹੋਵੇ ਤਾਂ ਕੋਈ ਨਾ ਕੋਈ ਮਸੀਹਾ ਮਿਲ ਹੀ ਜਾਂਦਾ ਹੈ ਅਤੇ ਤੁਹਾਡੀਆਂ ਗੁੰਝਲਾਂ ਸੁਲਝ ਜਾਂਦੀਆਂ ਹਨ। ਅਗਲਾ, ਜੀਵਨ ਇੱਕ ਰੰਗ ਮੰਚ ਹੈ, ਸਾਨੂੰ ਆਪਣਾ ਕਿਰਦਾਰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ। ਅਗਲਾ, ਬੇਈਮਾਨੀ ਕੋਈ ਲੋੜ ਨਹੀਂ, ਇੱਕ ਭੈੜੀ ਬਿਮਾਰੀ ਹੈ। ਅਗਲਾ, ਚਲਾਕ ਬਣਨਾ ਜਾਂ ਚਲਾਕੀ ਕਰਨੀ ਆਪਣੇ ਆਪ ਨੂੰ ਧੋਖਾ ਦੇਣਾ ਹੈ। ਅਗਲਾ,
ਝੂਠ ਆਪਣੇ ਆਪ ਨਾਲ ਬੋਲਿਆ ਜਾਂਦਾ, ਸੁਣਨ ਵਾਲਾ ਹਮੇਸ਼ਾ ਸਮਝਦਾ ਹੈ ਕਿ ਇਹ ਝੂਠ ਬੋਲ ਰਿਹਾ। ਅਗਲਾ, ਅਰਦਾਸ ਦਿਖਾਵਾ ਨਹੀਂ ਸਗੋਂ ਦਿਲੋਂ ਨਿਕਲੀ ਅਰਜ਼ੋਈ ਹੁੰਦੀ ਹੈ। ਜੇਕਰ ਇਹ ਮਨਜ਼ੂਰ ਨਹੀਂ ਹੋਈ ਤਾਂ ਸਮਝੋ ਅਰਦਾਸ ਅਸੀਂ ਕਰ ਹੀ ਨਹੀਂ ਸਕੇ। ਅਗਲਾ, ਨੇਕੀ ਇੱਕ ਆਦਤ ਬਣ ਜਾਂਦੀ ਹੈ, ਕੋਈ ਆਸ ਰੱਖ ਕੇ ਕੀਤੀ ਨੇਕੀ ਅਹਿਸਾਨ ਬਣ ਜਾਂਦਾ ਹੈ। ਅਗਲਾ, ਜਦੋਂ ਅਸੀਂ ਕਿਸੇ 'ਤੇ ਅਹਿਸਾਨ ਕਰਦੇ ਹਾਂ ਤਾਂ ਉਸ ਉੱਤੇ ਜ਼ੁਲਮ ਕਰਦੇ ਹਾਂ, ਕਿਉਂਕਿ ਇਸ ਨਾਲ ਉਹਦੀ ਸ਼ਖਸੀਅਤ ਅਤੇ ਸਵੈ ਵਿਸ਼ਵਾਸ ਨੂੰ ਧੱਕਾ ਲੱਗਦਾ ਹੈ। ਮਦਦ ਕਰਨੀ ਚਾਹੀਦੀ ਹੈ ਪਰ ਇਹਨੂੰ ਕਦੇ ਅਹਿਸਾਨ ਨਾ ਸਮਝਿਆ ਜਾਵੇ। ਅਗਲਾ, ਗਾਲ ਕੱਢਣੀ ਆਪਣੇ ਅੰਦਰ ਦੀ ਗੰਦਗੀ ਦਾ ਪ੍ਰਗਟਾਵਾ ਹੈ। ਗਾਲ ਕੱਢਣ ਵਾਲੇ 'ਤੇ ਗੁੱਸਾ ਨਹੀਂ ਤਰਸ ਕਰਨਾ ਚਾਹੀਦਾ ਹੈ। ਅਗਲਾ, ਨਿੰਦਿਆ ਘਟੀਆਪਣ ਦੀ ਨਿਸ਼ਾਨੀ ਹੈ, ਇਸ ਨਾਲ ਦੂਜਾ ਛੋਟਾ ਨਹੀਂ ਸਗੋਂ ਹੋਰ ਵੱਡਾ ਹੋ ਜਾਂਦਾ ਹੈ। ਅਗਲਾ, ਪਿਆਰ ਆਨੰਦਮਈ ਕੁਰਬਾਨੀ ਹੈ ਜੋ ਕਦੇ ਕੁਝ ਨਹੀਂ ਮੰਗਦੀ। ਅਗਲਾ, ਵਿਰੋਧੀ ਤਾਂ ਤੁਹਾਡੇ 'ਚ ਉੱਚੀਆਂ ਉਡਾਰੀਆਂ ਮਾਰਨ ਦੀ ਸਮਰੱਥਾ ਪੈਦਾ ਕਰਦਾ ਹੈ, ਵਿਰੋਧੀ ਨਾਲ ਨਫ਼ਰਤ ਕਰਨ ਦੀ ਥਾਂ ਵਿਰੋਧ ਨੂੰ ਇੱਕ ਵੰਗਾਰ ਸਮਝਿਆ ਜਾਵੇ। ਹਮੇਸ਼ਾ ਇਹ ਮੰਨੋ ਕਿ ਮੈਂ ਕੁਝ ਵੀ ਨਹੀਂ, ਤੂੰ ਹੀ ਸਭ ਕੁਝ ਹੈ। ਹੱਥ ਜੇਕਰ ਮਿਹਨਤ ਅਤੇ ਦੂਜਿਆਂ ਦੀ ਮਦਦ ਨਹੀਂ ਕਰਦੇ ਤਾਂ ਇਹ ਰੱਖਣ ਦੇ ਲਾਇਕ ਨਹੀਂ ਹਨ। ਅਗਲਾ, ਜਿੱਥੋਂ ਤੱਕ ਹੋ ਸਕੇ ਜ਼ੁਬਾਨ ਨੂੰ ਆਪਣੇ ਕਾਬੂ 'ਚ ਰੱਖਣਾ ਚਾਹੀਦਾ ਹੈ। ਅਗਲਾ, ਪੈਰ ਅਦੁੱਤੀ ਸਵਾਰੀ ਹਨ, ਚਿਹਰੇ ਨਾਲੋਂ ਵੱਧ ਸਾਂਭ ਕੇ ਰੱਖੇ ਜਾਣ। ਅਗਲਾ, ਰੋਟੀ ਚੋਰੀ ਜਾਂ ਬੇਈਮਾਨੀ ਦੀ ਨਹੀਂ ਸਗੋਂ ਮਿਹਨਤ ਦੀ ਖਾਓ। ਮਾਤਾ ਪਿਤਾ ਦਾ ਸਤਿਕਾਰ ਕਰਨਾ ਅਤੇ ਆਗਿਆਕਾਰੀ ਹੋਣਾ ਚਾਹੀਦਾ ਹੈ। ਅਗਲਾ, ਜਨਤਾ ਇੱਕ ਸੁੱਤਾ ਪਿਆ ਨਿਰਾਕਾਰ ਦੈਂਤ ਹੈ ਜੋ ਕਦੀ ਕਦੀ ਜਾਗਦਾ ਅਤੇ ਫਿਰ ਉੱਪਰਲੀ ਹੇਠਾਂ ਕਰ ਦਿੰਦਾ। ਆਪ ਜੀ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੁਕੰਦਪੁਰ ਵਿਖੇ ਵਿਦੇਸ਼ ਗਏ ਪੰਜਾਬੀਆਂ ਦੀ ਸਹਾਇਤਾ ਨਾਲ ਇੱਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਬਣਾਇਆ, ਜਿੱਥੇ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲੋਂ ਨਾਲ ਸਮਾਜਿਕ ਕਦਰਾਂ ਕੀਮਤਾਂ 'ਤੇ ਕਿਰਤ ਕਰਨੀ ਵੀ ਸਿਖਾਈ ਜਾਂਦੀ ਹੈ। ਹੁਣੇ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਾਲਜ ਬਣ ਗਿਆ ਹੈ। ਮਾਨ ਸਨਮਾਨ, ਡਾਕਟਰ ਸਰਦਾਰਾ ਸਿੰਘ ਜੌਹਲ ਦਾ ਜੀਵਨ ਸਾਡੇ ਬੱਚਿਆਂ, ਵਿਸ਼ੇਸ਼ ਕਰਕੇ ਪਿੰਡਾਂ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ। ਕੋਈ ਵੀ ਬੱਚਾ ਜੇਕਰ ਦ੍ਰਿੜ ਇਰਾਦੇ, ਇਮਾਨਦਾਰੀ ਅਤੇ ਲਗਨ ਨਾਲ ਮਿਹਨਤ ਕਰੇ ਤਾਂ ਸਫਲਤਾ ਉਹਦੇ ਪੈਰ ਚੁੰਮੇਗੀ। ਉਹਨਾਂ ਦਾ ਜੀਵਨ ਆਪਣੇ ਆਪ 'ਚ ਇੱਕ ਮਹਾਨ ਪ੍ਰਾਪਤੀ ਹੈ। ਉਹਨਾਂ ਨੇ ਆਪਣੀ ਨੌਕਰੀ ਸਭ ਤੋਂ ਹੇਠਲੇ ਡੰਡੇ ਤੋਂ ਸ਼ੁਰੂ ਕੀਤੀ ਅਤੇ TC 'ਤੇ ਪੁੱਜੇ। ਇਸੇ ਤਰ੍ਹਾਂ ਪਿੰਡ ਦੀ ਧੂੜ 'ਚ ਨੰਗਾ ਤੜੰਗਾ ਖੇਡਣ ਵਾਲਾ ਬੱਚਾ ਦੇਸ਼ ਦੇ 4 ਪ੍ਰਧਾਨ ਮੰਤਰੀਆਂ ਦਾ ਸਲਾਹਕਾਰ ਬਣਿਆ, ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਿਕਾਸ ਦੇ ਰਾਹ ਵਿਖਾਏ। ਉਹਨਾਂ ਦੀਆਂ ਪ੍ਰਾਪਤੀਆਂ ਅਤੇ ਦੇਸ਼ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਸਾਰੇ ਇਨਾਮ ਅਤੇ ਸਨਮਾਨ ਦਿੱਤੇ ਗਏ। ਇਹਨਾਂ ਵਿੱਚੋਂ ਕੁਝ ਪ੍ਰਮੁੱਖ ਸਨਮਾਨਾਂ ਨੂੰ ਇੱਥੇ ਲਿਖਿਆ ਜਾ ਰਿਹਾ ਹੈ। ਕੁਲਪਤੀ ਮਤਲਬ ਚਾਂਸਲਰ, ਕਿਸੇ ਸਰਕਾਰੀ ਯੂਨੀਵਰਸਿਟੀ ਦੇ ਪਹਿਲੇ ਗੈਰ ਸਰਕਾਰੀ ਕੁਲਪਤੀ ਬਣਨ ਦਾ ਆਪ ਜੀ ਨੂੰ ਮਾਣ ਪ੍ਰਾਪਤ ਹੋਇਆ। ਆਪ ਹੁਣ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੇਂਦਰੀ ਸਰਕਾਰੀ ਯੂਨੀਵਰਸਿਟੀਜ਼ ਦੇ ਕੁਲਪਤੀ ਦੇਸ਼ ਦੇ ਉਪ ਰਾਸ਼ਟਰਪਤੀ ਹੀ ਹੁੰਦੇ ਹਨ। ਪਦਮ ਭੂਸ਼ਣ, ਆਪ ਜੀ ਨੂੰ ਦੇਸ਼ ਅਤੇ ਕੌਮ ਦੀ ਕੀਤੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਦੇ ਰਾਸ਼ਟਰਪਤੀ ਨੇ ਪਦਮ ਭੂਸ਼ਣ ਦੇ ਖਿਤਾਬ ਨਾਲ ਸਨਮਾਨਿਆ 2004 'ਚ। ਸਨਮਾਨਿਤ ਡਿਗਰੀਆਂ, DSC ਔਨਰਸ ਕਾਜ਼ਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 2004 DLIT, ਔਨਰਸ ਕਾਜ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ 1998 DLIT, ਔਨਰਸ ਕਾਜ਼ਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 2005। ਫੈਲੋਸ਼ਿਪਾਂ, ਨੈਸ਼ਨਲ ਅਕੈਡਮੀ ਆਫ ਐਗਰੀਕਲਚਰ ਸਾਇੰਸਿਜ਼, ਪੰਜਾਬ ਅਕੈਡਮੀ ਆਫ ਸਾਇੰਸਿਜ਼, ਪੰਜਾਬੀ ਸਾਹਿਤ ਅਕੈਡਮੀ, ਨੈਸ਼ਨਲ ਪ੍ਰੋਫੈਸਰ ਆਫ ਐਮੀਨੈਂਸ ਪ੍ਰਧਾਨਗੀ, ਭਾਰਤੀ ਖੇਤਰੀ ਅਰਥ ਸ਼ਾਸਤਰ ਸੁਸਾਇਟੀ, ਇੰਡੀਅਨ ਸੁਸਾਇਟੀ ਆਫ ਐਗਰੀਕਲਚਰਲ ਮਾਰਕੀਟਿੰਗ, ਇੰਡੀਅਨ ਐਗਰੀਕਲਚਰਲ ਇਕਨੋਮਿਕਸ ਰਿਸਰਚ ਐਸੋਸੀਏਸ਼ਨ ਅਤੇ ਪੰਜਾਬੀ ਸਾਹਿਤ ਅਕੈਡਮੀ। ਪੁਸਤਕਾਂ ਅਤੇ ਲੇਖ, ਪੁਸਤਕਾਂ 7, ਆਪ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਦੇ ਕਈ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ, ਇਹਦਾ ਹਿੰਦੀ ਅਤੇ ਉਰਦੂ 'ਚ ਅਨੁਵਾਦ ਵੀ ਹੋ ਚੁੱਕਾ ਹੈ। ਇਸ ਪੁਸਤਕ ਉੱਤੇ ਕਈ ਯੂਨੀਵਰਸਿਟੀਆਂ 'ਚ MPhil ਪੱਧਰ ਦੇ ਖੋਜ ਕਾਰਜ ਵੀ ਕਰਵਾਏ ਗਏ ਹਨ। ਖੋਜ ਪੱਤਰ 300 ਤੋਂ ਵਧੇਰੇ ਹਨ, ਅੰਗਰੇਜ਼ੀ ਅਤੇ ਪੰਜਾਬੀ ਦੇ ਪ੍ਰਮੁੱਖ ਸਮਾਚਾਰ ਪੱਤਰਾਂ ਵਿੱਚ ਪ੍ਰਕਾਸ਼ਿਤ ਕੋਲਮ ਅਤੇ ਲੇਖ 350 ਤੋਂ ਵੱਧ, ਵਿਦੇਸ਼ਾਂ ਦੇ ਦੌਰੇ 40 ਦੇਸ਼। ਧੰਨਵਾਦ।